ਬਹੁਤ ਹੀ ਪਿਆਰੇ ਵਿਦਿਆਰਥੀਓ ਪੰਜਾਬੀ ਸਟੱਡੀ ਪੁਆਇੰਟ 63 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਲੱਸ 2 ਦੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਸਾਰੇ ਦੇ ਸਾਰੇ ਪਾਠਾਂ ਦੇ ਵਸਤੂਨਿਸ਼ਟ ਪ੍ਰਸ਼ਨ ਵਾਚਣੇ ਹੈਗੇ ਨੇ ਤਾਂ ਪਹਿਲਾ ਪਾਠ ਹੈ ਸਾਡਾ ਪੰਜਾਬੀ ਸੱਭਿਆਚਾਰ ਜਿਸ ਨੂੰ ਡਾਕਟਰ ਵਿੰਦਰ ਕੌਰ ਨੇ ਲਿਖਿਆ ਹੈ ਤਾਂ ਇਸ ਦੇ ਆਪਾਂ ਵਸਤੂਨਿਸ਼ਟ ਪ੍ਰਸ਼ਨ ਜਿਹੜੇ ਹੈਗੇ ਨੇ ਲਰਨ ਕਰਨੇ ਹੈਗੇ ਨੇ ਤਾਂ ਪਹਿਲਾ ਪ੍ਰਸ਼ਨ ਹੈ ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਅਸਦਾ ਧਿਆਨ ਕਰਦੇ ਸਮੇਂ ਅਸੀਂ ਕੀ ਮਹਿਸੂਸ ਕਰਦੇ ਹਾਂ ਇਹਦਾ ਉੱਤਰ ਕੀ ਹੈਗਾ ਕਿ ਅਸੀਂ ਮਹਿਸੂਸ ਕਰਦੇ ਹਾਂਗੇ ਕਿ ਇਸ ਦੀ ਪ੍ਰਕਿਰਤੀ ਸਧਾਰਨ ਨਹੀਂ ਸਗੋਂ ਇਹ ਗੁੰਜਲਦਾਰ ਹੈ ਦੂਸਰਾ ਪ੍ਰਸ਼ਨ ਹੈ ਸੱਭਿਆਚਾਰ ਨਿਸ਼ਚੇ ਹੀ ਉਸ ਤੋਂ ਬਾਅਦ ਹੈ ਖਾਲਿਸਤਾਨ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੋਤਾਂ ਰਹਿਣ ਸਹਿਣ ਕਦਰਾਂ ਕੀਮਤਾਂ ਡੈਸ਼ ਹਰਾਵੇ ਬੋਲੀ ਅਤੇ ਤਿੱਥ ਥਾਰਾਂ ਦਾ ਡੈਸ਼ ਹੈ ਤਿੰਨ ਖਾਲੀ ਥਾਵਾਂ ਨੇ ਪਹਿਲੀ ਜਿਹੜੀ ਹੈ ਉੱਥੇ ਹੈ ਸੱਭਿਆਚਾਰ ਨਿਸ਼ਚੇ ਹੀ ਉਸ ਤੋਂ ਬਾਅਦ ਹੈ ਉਸ ਕੌਮ ਉਸ ਤੋਂ ਬਾਅਦ ਦੂਸਰੀ ਜਿਹੜੀ ਹੈ ਖਾਲੀ ਥਾਂ ਕਦਰਾਂ ਕੀਮਤਾਂ ਤੋਂ ਬਾਅਦ ਹੈ ਖਾਣ ਪੀਣ ਰੀਤੀ ਰਿਵਾਜ ਤੇ ਤੀਸਰੀ ਜਿਹੜੀ ਖਾਲੀ ਥਾਂ ਹੈ ਉੱਥੇ ਹੈ ਤਿਹਾਰ ਦਾ ਸੁਮੇਲ ਹੈ ਤੀਸਰਾ ਪ੍ਰਸ਼ਨ ਹੈ ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਇਸ ਦਾ ਉੱਤਰ ਕੀ ਹੈ ਸੱਭਿਆ ਅਤੇ ਅਚਾਰ ਅਗਲਾ ਪ੍ਰਸ਼ਨ ਹੈ ਅਗਰੇਜੀ ਸ਼ਬਦਾਂ ਵਿੱਚ ਸੱਭਿਆਚਾਰ ਸ਼ਬਦ ਲਈ ਕਲਚਰ ਸ਼ਬਦ ਵਰਤਿਆ ਗਿਆ ਹੈ ਇਹ ਪੁੱਛਦਾ ਹੈ ਠੀਕ ਹੈ ਜਾਂ ਨਹੀਂ ਇਸ ਦਾ ਉੱਤਰ ਕੀ ਹੈ ਇਹ ਠੀਕ ਹੈਗਾ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ ਇਹਦਾ ਉੱਤਰ ਹੈ ਰਿਗਵੇਦ ਅਗਲਾ ਪ੍ਰਸ਼ਨ ਹੈ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਸप्तसिंधु ਅਗਲਾ ਪ੍ਰਸ਼ਨ ਆਰਨਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿੱਚ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ ਢਾਈ ਦਰਿਆ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ 1947 ਵਿੱਚ ਹਿਮਾਚਲ ਅਤੇ ਹਰਿਆਣਾ ਰਾਜ ਕਦੋਂ ਹੁੰਦ ਵਿੱਚ ਆਏ 1 ਨਵੰਬਰ 1966 ਨੂੰ ਰਿਗਵੇਦ ਦੀ ਰਚਨਾ ਦੇ ਨਾਲ ਨਾਲ ਕਿਹੜੇ ਨਿਯਮਵੰਦ ਵਿਆਕਰਨ ਗ੍ਰੰਥ ਦੀ ਰਚਨਾ ਹੋਈ ਇਹਦਾ ਉੱਤਰ ਕੀ ਹੈ ਪਾਨਣੀ ਦੇ ਨਿਯਮਵੰਦ ਵਿਆਕਰਨ ਦੀ ਤਾਂ ਅਗਲਾ ਜਿਹੜਾ ਪਾਠ ਹੈ ਉਹ ਹੈ ਪੰਜਾਬ ਦੇ ਮੇਲੇ ਅਤੇ ਤਿਹਾਰ ਤਾਂ ਇਸ ਦੇ ਜਿਹੜੇ ਲੇਖਕ ਹੈਗੇ ਨੇ ਉਹ ਹੈਗੇ ਨੇ ਡਾਕਟਰ ਐਸ.एस ਬਨਜਾਰਾ ਵਿਧਦੀ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਵਸਤੂ ਨਿਸ਼ਟ ਪ੍ਰਸ਼ਨ ਹੈਗੇ ਨੇ ਉਹ ਆਪਾਂ ਵਾਚਦੇ ਹੈਗੇ ਫਟਾਫਟ ਤਾਂ ਪਹਿਲਾ ਪ੍ਰਸ਼ਨ ਕੀ ਹੈ ਕਿ ਪੰਜਾਬ ਦੇ ਹਰ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ-ਨਾਲ ਹੋਰ ਕਿਹੜੀ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਜਵਾਬ ਉੱਤਰ ਕੀ ਹੈ ਸੱਭਿਆਚਾਰ ਦੀ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਬਹੁਤੇ ਮੇਲੇ ਮੌਸਮਾਂ ਔਰਤਾਂ ਅਤੇ ਤਿਹਾਰਾਂ ਨਾਲ ਸੰਬੰਧਿਤ ਹਨ ਇਹ ਪੁੱਛਦਾ ਹਾਂ ਜਾਂ ਨਾ ਇਹਦਾ ਉੱਤਰ ਕੀ ਹੈ ਹਾਂ ਗੁਰੂ ਗਵਿੰਦ ਸਿੰਘ ਜੀ ਹੋਲੀ ਵਾਲ ਦਿਨ ਅੰਮ੍ਰਿਤਸਰ ਵਿਖੇ ਯੋਧਿਆਂ ਦੇ ਦੋ ਦਲ ਬਣਾ ਕੇ ਕੀ ਕਰਦੇ ਸੀਗੇ ਉਹ ਬਨਾਵਟੀ ਲੜਾਈ ਕਰਵਾਉਂਦੇ ਸੀਗੇ ਗੁਸ਼ਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਗੁਜਾਰੀ ਮਹੰਜੋ ਦੜਾ ਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ ਦਾ ਉੱਤਰ ਕੀ ਹੈ ਮਾਤਾ ਦੀ ਮਾਗੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ ਇਸ਼ਨਾਨ ਕਰਦੀਆਂ ਹਨ ਤਾਂ ਰੁੱਤ ਦਾ ਸਵਾਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾ ਕਿਹੜੇ ਮਹੀਨੇ ਵਿੱਚ ਖਾਧੇ ਜਾਂਦੀਆਂ ਹਨ ਇਹਦਾ ਉੱਤਰ ਹੈ ਚੇਤਰ ਦੇ ਮਹੀਨੇ ਵਿੱਚ ਤਾਂ ਅਗਲਾ ਜਿਹੜਾ ਪਾਠ ਆ ਤੀਸਰਾ ਉਹ ਹੈ ਪੰਜਾਬ ਦੇ ਰਸਮ ਰਿਵਾਜ ਤੇ ਇਸ ਨੂੰ ਜਿਹੜਾ ਹੈ ਸ਼੍ਰੀ ਗੁਲਜਾਰ ਸਿੰਘ ਸੰਧੂ ਜੀ ਨੇ ਲਿਖਿਆ ਹੈ ਤਾਂ ਇਹ ਵੀ ਵਸਤੂਨਿਸ਼ਠ ਪ੍ਰਸ਼ਨਾਂ ਚ ਆਉਂਦੇ ਨੇ ਵੀ ਪਾਠ ਦੇ ਲੇਖਕ ਦਾ ਨਾਮ ਦੱਸਣਾ ਤਾਂ ਪਹਿਲਾ ਜਿਹੜਾ ਵਸਤੂਨਿਸ਼ਠ ਪ੍ਰਸ਼ਨ ਹੈ ਉਹ ਕੀ ਕਹਿੰਦਾ ਪੰਜਾਬ ਦੇ ਰਸਮ ਰਿਵਾਜ ਦੇ ਆਧਾਰ ਤੇ ਦੱਸੋ ਕਿ ਜੀਵਨ ਨਾਟਕ ਦੀਆਂ ਚਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਕਿਹੜੇ ਹੁੰਦੇ ਹਨ ਰੰਗ ਮੰਚ ਹੁੰਦਾ ਜਿੱਥੇ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਉੱਤਰ ਕੀ ਹੈ ਘਰਾਂ ਦੇ ਵਿਹੜੇ ਮੁੜਲਾ ਮਨੁੱਖ ਬਹੁਤੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੇਵਤਾ ਤੋਂ ਤਾਨੂੰ ਕਿਉਂ ਰਜਾਉਂਦਾ ਸੀ ਇਹਦਾ ਉੱਤਰ ਕੀ ਹੈ ਉਸ ਨੂੰ ਡਰ ਲੱਗਦਾ ਸੀ ਭੈ ਹੁੰਦਾ ਸੀ ਤਾਂ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਰਸਮ ਰਵਾਜਾਂ ਇਨਸਾਨ ਸੰਭਾਲ ਦਾ ਵਰਨਣ ਕਰਨਾ ਕਿਉਂ ਜ਼ਰੂਰੀ ਹੋ ਰਿਹਾ ਗਿਆ ਹੈਗਾ ਤਾਂ ਉੱਤਰ ਕੀ ਹੈਗਾ ਕਿਉਂਕਿ ਇਹ ਅਲੋਪ ਹੁੰਦੇ ਜਾ ਰਹੇ ਹੈਗੇ ਨੇ ਬਿਰਖ ਜਾਂ ਟਾਂ ਦੀ ਟਾਣੀ ਜਾਂ ਹਰੀਕਾ ਜਿਸ ਨੂੰ ਦੱਬ ਵੀ ਕਹਿੰਦੇ ਨੇ ਚੰਗੇ ਸ਼ਗਨਾਂ ਦੀ ਸੂਚਕ ਮੰਨੀ ਜਾਂਦੀ ਹੈ ਇਹਦਾ ਉੱਤਰ ਕੀ ਹੈ ਹਾਂ ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ ਗੁਰਤੀ ਦੇਣਾ ਅਤੇ ਮਾਂ ਨੂੰ ਬਾਹਰ ਵਧਾਉਣਾ ਅਗਲਾ ਪ੍ਰਸ਼ਨ ਹੈ ਹਿੰਦੂ ਪਰਿਵਾਰਾਂ ਦੇ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ ਤੀਸਰੇ ਸਾਲ ਜਾਂ ਪੰਜਵੇਂ ਸਾਲ ਅੱਜਕੱਲ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ ਇਹਦਾ ਉੱਤਰ ਕੀ ਹੈ ਸਤਿਕਾਰਯੋਗ ਸਥਾਨ ਬਣ ਗਿਆ ਹੈ ਅਗਲਾ ਪ੍ਰਸ਼ਨ ਹੈ ਮੁੰਡੇ ਅਤੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ ਇਹਦਾ ਉੱਤਰ ਹੈ ਰੋਕਣ ਜਾਂ ਠਾਕਣ ਦੀ ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਅਤੇ ਬੰਨੜੀ ਦੋਨਾਂ ਲਈ ਕੀਤੀ ਜਾਂਦੀ ਹੈ ਬੰਨਣਾ ਜਾਂ ਬੰਨੀ ਦਾ ਮਤਲਬ ਹੁੰਦਾ ਵਿਆਹ ਵਾਲਾ ਮੁੰਡਾ ਤੇ ਵਿਆਹ ਵਾਲੀ ਕੁੜੀ ਤਾਂ ਇਹ ਹੈ ਬਟਣਾ ਜਾਂ ਮਾਈਆਂ ਲਾਉਣਾ ਸ਼ਗਨ ਪਾਉਣ ਲਈ ਵਾਲੀ ਕੁੜੀ ਲਈ ਲਾਲ ਪ੍ਰੰਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਦਾ ਉੱਤਰ ਹੈ ਸਗਾਈ ਦੀ ਅਗਲਾ ਪ੍ਰਸ਼ਨ ਹੈ ਹਗਾਮੇ ਸਮੇ ਕਿਹੜੀ ਰਸਮ ਕੀਤੀ ਜਾਂਦੀ ਹੈ ਹਗਾਮਾ ਹੁੰਦਾ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਉਹਦੇ ਨਾਲ ਭੋਗ ਪੈਂਦਾ ਉਸ ਨੂੰ ਹਗਾਮਾ ਵੀ ਕਹਿੰਦੇ ਨੇ ਤਾਂ ਉਸ ਸਮੇ ਦਸਤਾਰ ਬੰਦੀ ਦੀ ਰਸਮ ਹੁੰਦੀ ਹੈ ਮੁਸਲਮਾਨ ਲੋਕ ਮਰਤਕ ਦੇ ਲਈ ਕਿਹੜੀ ਰਸਮ ਕਰਦੇ ਹੈਗੇ ਨੇ ਉਹ ਦਫਨਾਉਂਦੇ ਨੇ ਆਪਣੀ ਜਿਹੜੇ ਹੈਗੇ ਨੇ ਮੁਰਦੇ ਨੂੰ ਅਗਲਾ ਹੈ ਖਾਲੀ ਥਾਵਾ ਡੈਸ਼ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਡੈਸ਼ ਦੇ ਬਾਹਰ ਪਏ ਡੈਸ਼ ਦੇ ਤਿੱਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਉੱਤਰ ਕੀ ਹੈ ਕਪਾਲ ਕੀਰਿਆ ਤੋਂ ਬਾਅਦ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਹੁਣ ਅਗਲਾ ਚੌਥਾ ਪਾਠ ਹੈ ਪੰਜਾਬ ਦੀਆਂ ਲੋਕ ਖੇਡਾਂ ਇਸ ਨੂੰ ਜਿਹੜਾ ਹੈ ਸ਼੍ਰੀ ਸੁਖਦੇਵ ਸਿੰਘ ਮਾਦਪਰੀ ਜੀ ਨੇ ਲਿਖਿਆ ਹੈਗਾ ਤਾਂ ਇਹਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਪ੍ਰਸ਼ਨ ਹੈਗੇ ਨੇ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਤੇ ਦੱਸੋ ਕਿ ਲੋਕ ਖੇਡਾਂ ਪੰਜਾਬ ਦੇ ਲੋਕ ਜੀਵਨ ਦਾ ਕਿਹੜਾ ਅੰਗ ਰਹੀਆਂ ਹੈਗੀਆਂ ਨੇ ਦਾ ਉੱਤਰ ਕੀ ਹੈ ਬਹੁਤ ਹੀ ਮਹੱਤਵਪੂਰਨ ਅੰਗ ਖੇਡਣਾ ਇੱਕ ਸਹਿਜ ਕਰਮ ਹੈ ਦੱਸੋ ਹਾਂ ਹੈ ਜਾਂ ਨਾ ਇਹਦਾ ਉੱਤਰ ਕੀ ਹੈ ਹਾਂ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬੀਆਂ ਦਾ ਸਵਾਰ ਰਹਿਣ ਸਹਿਣ ਖਾਣ ਪੀਣ ਅਤੇ ਨੈਤਿਕ ਕਦਰਾਂ ਕੀਮਤਾਂ ਕਿਸ ਵਿੱਚੋਂ ਝਲਕਦੀਆਂ ਹਨ ਇਹਦਾ ਉੱਤਰ ਕੀ ਹੈ ਲੋਕ ਖੇਡਾਂ ਵਿੱਚੋਂ ਉੱਕੜ ਦੁੱਕੜ ਪੱਬਾ ਪੌ 80 90 ਪੂਰਾ 100 ਇਹ ਆਪਾਂ ਇਹ ਲਾਈਨਾਂ ਪੂਰੀਆਂ ਕਰਨੀਆਂ ਨੇ ਸੌ ਕੁ ਲੋਟਾ ਕਿੱਤਰ ਮੋਟਾ ਚੱਕ ਸਪਾਹੀ ਪੈਸਾ ਖੋਟਾ ਤਾਂ ਅਗਲਾ ਜਿਹੜਾ ਪ੍ਰਸ਼ਨ ਹੈ ਕੁਸ਼ਤੀਆਂ ਪ੍ਰਾਤਨ ਸਮੇਂ ਤੋਂ ਹੀ ਡੈਸ਼ ਲਈ ਡੈਸ਼ ਰਹੀਆਂ ਹਨ ਤਾਂ ਇਹਦਾ ਆਨਸਰ ਕੀ ਹੈ ਕੁਸ਼ਤੀਆਂ ਪ੍ਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖੇਚੇਪਰਪੂਰ ਰਹੀਆਂ ਹਨ ਅਗਲਾ ਪ੍ਰਸ਼ਨ ਹੈ ਪੰਜਾਬੀਆਂ ਦੀ ਕਬੱਡੀ ਖੇਡ ਜਿਸ ਤਰ੍ਹਾਂ ਹੀ ਪੰਜਾਬੀਆਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਦਾ ਉੱਤਰ ਕੀ ਹੈ ਇਹਨੂੰ ਇੱਕ ਰਾਸ਼ਟਰੀ ਖੇਡ ਦਾ ਦਰਜਾ ਦੇ ਕੇ ਇਸ ਨੂੰ ਸਨਮਾਨਿਤ ਕੀਤਾ ਗਿਆ ਹੈ ਪੰਜਾਬੀ ਨੌਜਵਾਨਾਂ ਦੀ ਮਨਪਸੰਦ ਖੇਡ ਕਿਹੜੀ ਹੈ ਸੌਂਚੀ ਪੱਕੀ ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਪੁੱਛਦਾ ਹਾਂ ਜਾਂ ਨਾ ਉੱਤਰ ਕੀ ਹੈ ਹਾਂ ਮੁੰਡੇ ਤੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ਸ਼ੱਕਰ ਭਿੱਜੀ ਇਸ ਪਾਠ ਦੇ ਅਧਾਰ ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੀਆਂ ਹਨ ਇਹਦਾ ਉੱਤਰ ਕੀ ਹੈ ਬੰਦਰ ਕਿਲਾ ਅਗਲਾ ਜਿਹੜਾ ਪਾਠ ਹੈ ਉਹ ਹੈ ਪੰਜਾਬ ਦੇ ਲੋਕ ਅਤੇ ਲੋਕਲਾਵਾ ਤੇ ਇਸ ਦੇ ਰਾਈਟਰ ਕੀ ਹੈਗੇ ਨੇ ਸ਼੍ਰੀ ਗੁਰਪਾਲ ਕਜਾਕ ਜੀ ਤੇ ਇਹਦੇ ਨਾਲ ਸੰਬੰਧਿਤ ਕੁਝ ਵਸਤੂनिष्ठ ਪ੍ਰਸ਼ਨ ਇਸ ਤਰ੍ਹਾਂ ਹੈਗੇ ਨੇ ਕਿਹੜੇ ਕਿੱਤਿਆਂ ਦੀ ਮਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ ਦਾ ਅਨਸਰ ਕੀ ਹੈ ਲੋਕ ਕਿੱਤੇ ਅਗਲਾ ਪ੍ਰਸ਼ਨ ਹੈ ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਕਰ ਲੋਕ ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ ਉਹ ਕਿੱਤਾ ਜਿਹੜਾ ਪੀੜੀ ਦਰ ਪੀੜੀ ਚੱਲਦਾ ਹੈ ਤੇ ਜਿਸ ਲਈ ਜਿਹੜਾ ਹੈ ਕਈ ਵਾਰ ਉਸਤਾਦ ਵੀ ਧਰ ਲੈ ਜਾਂਦਾ ਹੈ ਤੇ ਇਸ ਕਿੱਤੇ ਦੇ ਨਾਲ ਜਿਹੜਾ ਹੈ ਆਮ ਜਿਹੜੇ ਹੈਗੇ ਨੇ ਹਰੇਕ ਘਰ ਦੀ ਜਿਹੜੀ ਹੈ ਕੋਈ ਨਾ ਕੋਈ ਲੋੜ ਪੂਰੀ ਕੀਤੀ ਜਾਂਦੀ ਹੈ ਘੜਾ ਚਾਟੀ ਵੱਲਣੀ ਕੁੱਜਾ ਦੀਵਾ ਚੱਪਣ ਮੱਟ ਬਲਡੋਹੀ ਆਧ ਵਸਤੂਆਂ ਕੌਣ ਬਣਾਉਂਦਾ ਹੈ ਦਾ ਉੱਤਰ ਕੀ ਹੈ কুমہار ਸਰੋਂ ਤਾਰਾ ਮੀਰਾ ਬੜੇਵੇਂ ਆਧੇ ਬੀਜਾਂ ਵਿੱਚੋਂ ਕੀ ਨਿਕਲਦਾ ਹੈ ਉੱਤਰ ਕੀ ਹੈ ਤੇਲ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਤੇ ਕੀਤੀ ਜਾਂਦੀ ਹੈ ਦਾ ਉੱਤਰ ਕੀ ਹੈ ਖੱਦਰ ਦੇ ਕੱਪੜੇ ਉੱਤੇ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ ਸਾਦਗੀ ਅਤੇ ਕਲਾਤਮਕ ਗੁਣਾ ਕਰਕੇ ਕਿਹੜੀ ਕਲਾ ਦਾ ਜਨਮ ਹੋਇਆ ਦਾ ਉੱਤਰ ਕੀ ਹੈ ਲੋਕ ਕਲਾ ਦਾ ਸ਼ਾਸਤਰੀ ਕਲਾ ਦੇ ਨਿਯਮ ਕਹੋ ਜੇ ਹੁੰਦੇ ਨੇ ਵੱਜਮੇ ਮਾ ਭਾਵ ਜਿਹੜੇ ਹੈਗੇ ਨੇ ਉਹ ਸਰਲ ਨਹੀਂ ਹੁੰਦੇ ਜਿਵੇਂ ਲੋਕ ਲਹਜੜੀ ਹੈਗੀ ਆ ਉਹਦੇ ਵਿੱਚ ਜਿਹੜੇ ਬੱਜ ਮੈਨੇਜਮੈਂਟ ਨਹੀਂ ਹੁੰਦੇ ਪਰ ਸ਼ਾਸਤਰੀ ਕਲਾ ਦੇ ਵਿੱਚ ਬੱਜ ਮੈ ਹੁੰਦੇ ਨੇ ਵਿਆਹ ਵਿੱਚ ਫੇਰਿਆਂ ਦੇ ਸਮੇਂ ਲਾੜੀ ਸਿਰ ਉੱਪਰ ਕਿਹੜਾ ਕਪੜਾ ਲੈਂਦੀ ਹੈ ਉਹਨੂੰ ਸੁਭਰ ਕਹਿੰਦੇ ਨੇ ਜਿਹੜੀ ਫਲਕਾਰੀ ਲੈਂਦੀ ਹੈਗੀ ਆ ਕਾਗਜ਼ ਜਾਂ ਕੱਤਰ ਰਲਾ ਕੇ ਬਣਾਏ ਬੋਈਏ ਤੇ ਗੋਟੇ ਕਿਹੜੀ ਮਿੱਟੀ ਤੋਂ ਬਣਾਏ ਗਏ ਹੁੰਦੇ ਹਨ ਗਾਚਨੀ ਜਾਂ ਮੁਲਤਾਨੀ ਮਿੱਟੀ ਵੀ ਕਹਿੰਦੇ ਨੇ ਉਹਨੂੰ ਇਸ ਤਰ੍ਹਾਂ ਸ਼ਕਤੀਆਂ ਕੜੀਆਂ ਥੱਲੇ ਕੰਧਾਂ ਉੱਤੇ ਨੀਲ ਸ਼ਿੰਗਰਫ ਪੀਲੀ ਮਿੱਟੀ ਜਾਂ ਕਾਲਖ ਦੇ ਜਾਂ ਹਰਮਚੀ ਦੇ ਨਾਲ ਕੀ ਬੌਂਦੀਆਂ ਨੇ ਕਈ ਪ੍ਰਕਾਰ ਦੇ ਨਮੂਨੇ ਪੰਜਾਬ ਦੇ ਲੋਕ ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਸਥਾਨਕ ਪੱਧਰ ਤੇ ਮਿਲਣ ਵਾਲੀ ਆਪਣੇ ਚਾਗਤ ਦੇ ਵਿੱਚੋਂ ਮਿਲਣ ਵਾਲੀ ਸੌਖੇ ਤਰੀਕੇ ਨਾਲ ਮਿਲਣ ਵਾਲੀ ਜਿਹੜੀ ਸਮੱਗਰੀ ਦੇ ਵਿੱਚੋਂ ਹੀ ਜੜੀਆਂ ਲੋਕ ਕਲਾਵਾਂ ਦੇ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਲੈ ਲਈ ਜਾਂਦੀ ਹੈ ਤਾਂ ਅਗਲਾ ਪਾਠ ਹੈ ਸਾਡਾ ਪੰਜਾਬ ਦੇ ਲੋਕ ਨਾਚ ਜਿਸ ਨੂੰ ਡਾਕਟਰ ਜਗੀਰ ਸਿੰਘ ਨੂਰਜੀ ਨੇ ਲਿਖਿਆ ਹੈ ਤਾਂ ਇਹਦੇ ਕੁਝ ਪ੍ਰਸ਼ਨ ਹੈਗੇ ਨੇ ਪੰਜਾਬ ਦੇ ਲੋਕ ਨਾਚ ਕਿਸ ਪ੍ਰਕਾਰ ਦੀ ਕਲਾ ਹਨ ਇਹ ਕਿਨੇ ਲੋਕ ਕਲਾ ਪੰਜਾਬ ਵਿੱਚ 5000 ਪੂਰਵ ਈਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ ਲੋਕ ਨਾਚ ਦੀ ਤਾਂ ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ ਇਹ ਪੁੱਛਦਾ ਹਾਂ ਜਾਂ ਨਾ ਇਹਦਾ ਉੱਤਰ ਕੀ ਹੈ ਹਾਂ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਦੋ ਪਧਰਾਂ ਤੇ ਕੀਤਾ ਜਾਂਦਾ ਹੈ ਮਤਲਬ ਉਹਨਾਂ ਕਿਹੜੇ ਦੋ ਭਾਗਾਂ ਚ ਵੰਡਿਆ ਜਾਂਦਾ ਹੈ ਮਰਦਾਂ ਦੇ ਲੋਕ ਨਾਚ ਅਤੇ ਇਸਤਰੀਆਂ ਦੇ ਲੋਕ ਨਾਚ ਇਸਤਰੀਆਂ ਦੇ ਲੋਕ ਨਾਚਾਂ ਦੇ ਨਾਂ ਦੱਸੋ ਨੇ ਗਿੱਧਾ ਸਮੇ ਕਿੱਕਲੀ ਆਦ ਜਿਹੜੇ ਹੈਗੇ ਨੇ ਇਹ ਕਿ ਇਸਤਰੀਆਂ ਦੇ ਲੋਕ ਨਾਚ ਨੇ ਅੱਗੇ ਹੈ ਸਮੀ ਮੇਰੀ ਵਾਣ ਕੂ ਤਾਂ ਮੇਰੇ ਵੀਰ ਦੀ ਵਾਣ ਸਮੀਆਂ ਸਮੀ ਮੇਰੀ ਵਾਣ ਖਾਵਣ ਆਲੇ ਤ ਆ ਗਏ ਵਣ ਸਮੀਆਂ ਉਹ ਪ੍ਰੋਤਕ ਗੀਤ ਕਿਹੜੇ ਲੋਕ ਨਾਚ ਦੀਆਂ 17 ਹਨ ਇਹਦਾ ਉੱਤਰ ਕੀ ਹੈ ਸਮੀ ਲੋਕ ਨਾਚ ਦੀਆਂ ਪਛਮੀ ਬੰਗਾਲ ਪੰਜਾਬ ਵਿੱਚ ਕਿਹੜਾ ਲੋਕਨਾਚ ਮਰਦਾਂ ਤੇ ਔਰਤਾਂ ਦੋਹਾਂ ਵੱਲੋਂ ਨੱਚਿਆ ਜਾਂਦਾ ਸੀ ਇਹਦਾ ਉੱਤਰ ਕੀ ਹੈ ਲੁੱਡੀ ਮਰਦਾਂ ਦੇ ਲੋਕ ਨਾਚਾਂ ਦਾ ਨਾਮ ਦੱਸਣਾ ਭੰਗੜਾ ਚੂਮਰ ਤੇ ਮਰਦਾਂ ਦਾ ਗਿੱਧਾ ਅਗਲਾ ਪ੍ਰਸ਼ਨ ਹੈ ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਸਰਲ ਤਾਲ ਤੇ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ ਢੋਲ ਭੰਗੜੇ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ ਢੋਲੀ ਜਾਂ ਲੱਕੜੀ ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ ਦਾ ਉੱਤਰ ਕੀ ਹੈ ਲੁੱਡੀ ਅਗਲਾ ਜਿਹੜਾ ਪਾਠ ਹੈ ਉਹਦਾ ਨਾਂ ਹੈ ਪੰਜਾਬ ਦੀਆਂ ਨਕਲਾਂ ਤੇ ਜਿਸ ਨੂੰ ਸ਼੍ਰੀ ਪਿਆਰਾ ਸਿੰਘ ਖੁੰਡਾ ਜੀ ਨੇ ਲਿਖਿਆ ਹੈ ਤੇ ਜਿਸ ਦੇ ਕੁਝ ਪ੍ਰਸ਼ਨ ਇਸ ਤਰ੍ਹਾਂ ਨੇ ਪੰਜਾਬ ਦੀਆਂ ਲੋਕ ਨਕਲਾਂ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਲੋਕ ਨਕਲਾਂ ਨੂੰ ਹੋਰ ਕਿਹੜੇ ਨਾਮਾਂ ਦੇ ਨਾਲ ਜਾਣਦੇ ਨੇ ਇਹਨੂੰ ਅਸੀਂ ਸਾੰਗ ਰੀਸ ਕਰਨਾ ਜਾਂ ਪੰਡ ਪਟੰਡ ਪੰਡੋਤੀ ਵੀ ਕਹਿੰਦੇ ਹੈਗੇ ਆ ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਕੀ ਕਿਹਾ ਜਾਂਦਾ ਹੈ ਨਕਲੀਏ ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸਵੰਗੀ ਅਨ ਆਰੀਆ ਭਾਰਤੀ ਜਾਤੀ ਵਿੱਚੋਂ ਸਨ ਇਹਦਾ ਉੱਤਰ ਹਾਂ ਹੈ ਜਾਂ ਨਾ ਪੁੱਛਦਾ ਆ ਤਾਂ ਇਹਦਾ ਉੱਤਰ ਕੀ ਹੈ ਹਾਂ ਉਹ ਕਿਹੜੀ ਨਕਲ ਹੈ ਜਿਸ ਨੂੰ ਦੋ ਹੀ ਕਲਾਕਾਰ ਖੇਡਦੇ ਹਨ ਕਿਹੜੀਆਂ ਨਕਲਾਂ ਨੇ ਹੋ ਨਿੱਕੀਆਂ ਨਕਲਾਂ ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਤੇ ਵਿਗਲਾ ਹੁੰਦੇ ਹਨ ਇਹ ਲੰਮੀਆਂ ਨਕਲਾਂ ਹੁੰਦੀਆਂ ਨੇ ਜਿਦੇ ਵਿੱਚ ਮੁੱਖ ਪਾਤਰ ਹੁੰਦੇ ਨੇ ਇਹ ਮੁੱਖ ਅਤਰ ਕਿ ਮੁੱਖ ਰੋਲ ਅਦਾ ਕਰਦੇ ਨੇ ਉਹਨਾਂ ਦੇ ਨਾਮ ਰੰਗਾ ਤੇ ਵਿਗਲਾ ਹੁੰਦੇ ਨੇ ਤਾਂ ਇਹ ਲੰਮੀਆਂ ਨਕਲਾਂ ਹੁੰਦੀਆਂ ਪੈਸੇ ਮਿਲਣ ਤੇ ਨਕਲ ਨੂੰ ਉੱਥੇ ਹੀ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੈਕ ਵਿੱਚ ਡੈਸ਼ ਕੀਤੀ ਜਾਂਦੀ ਹੈ ਇਹਦਾ ਆਨਸਰ ਕੀ ਹੈ ਖਾਲੀ ਥਾਂ ਤੇ ਵੇਲ ਕੀਤੀ ਜਾਂਦੀ ਹੈ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਮੁੱਖ ਤੌਰ ਤੇ ਕਿਹੜੇ ਕਿਹੜੇ ਸਮਿਆਂ ਤੇ ਕੀਤੀ ਜਾਂਦੀਆਂ ਹਨ ਨਕਲਾਂ ਜਿਹੜਾ ਹੈ ਮੁੰਡੇ ਦੇ ਜਨਮ ਦੇ ਮੁੰਡੇ ਦੇ ਵਿਆਹ ਤੇ ਜਾਂ ਫਿਰ ਕਿਸੇ ਤਿਹਾਰ ਵੇਲੇ ਪਿੰਡ ਦਾ ਸ਼ਾਹੂਕਾਰ ਜਾਂ ਸਰਪੰਚ ਜਿਹੜਾ ਹੈ ਨਕਲੀਆਂ ਨੂੰ ਬੁਲਾ ਕੇ ਨਕਲਾ ਕਰਵਾਉਂਦਾ ਹੈਗਾ ਤਾਂ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਵਿਆਹ ਹੋਣ ਤੇ ਭੰਡ ਕਿਹੜੇ ਦਿਨ ਤਵਲਾ ਆਖ ਖੜਕਾਉਂਦੇ ਨੇ ਵਿਆਹ ਤੋਂ ਅਗਲੇ ਹੀ ਦਿਨ ਕਦੇ-ਕਦੇ ਮੇਲੇ ਤਿਹਾਰ ਉਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਨੇ ਪਿੰਡਾਂ ਦੇ ਸ਼ਾਹੂਕਾਰ ਜਾਂ ਫਿਰ ਸਰਪੰਚ ਜਾਂ ਲੰਬੜਦਾਰ ਯਾਨੀ ਆਦਮੋਹਤਰ ਬੰਦੇ ਨੇ ਉਹ ਇਕੱਠੇ ਹੋ ਕੇ ਨਕਲੀਆਂ ਨੂੰ ਬਣਾ ਲੈਂਦੇ ਨੇ ਆਧੁਨਿਕ ਤਕਨੋਲੋਜੀ ਕਰਕੇ ਮਨੋਰੰਜਨ ਦੇ ਨਵੇਂ ਸਾਧਨ ਵਧਣ ਦੇ ਬਾਵਜੂਦ ਲੋਕ ਨਕਲੀਆਂ ਨੂੰ ਕਿਵੇਂ ਵੇਖਦੇ ਹਨ ਇਹਦਾ ਉੱਤਰ ਕੀ ਹੈ ਬਹੁਤ ਹੀ ਦਿਲਚਸਪੀ ਦੇ ਨਾਲ ਅਗਲਾ ਜਿਹੜਾ ਪਾਠ ਹੈ ਉਹਦਾ ਨਾਮ ਹੈ ਪੰਜਾਬੀ ਸੱਭਿਆਚਾਰਕ ਪਰਵਰਤਨ ਤਾਂ ਇਸ ਦੇ ਲੇਖਕ ਹੈਗੇ ਨੇ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਤਾਂ ਇਹਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਨੇ ਉਹ ਆਪਾਂ ਬਾਚਣੇ ਹੈਗੇ ਨੇ ਤਾਂ ਪਹਿਲਾ ਪ੍ਰਸ਼ਨ ਹੈ ਪੰਜਾਬੀ ਸੱਭਿਆਚਾਰਕ ਪਰਵਰਤਨ ਪਾਠ ਦੇ ਆਧਾਰ ਤੇ ਦੱਸੋ ਕਿ ਇਸ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ ਇਹਨੂੰ ਕੀ ਅਨੁਤਰ ਕੀ ਹੈ ਸੱਭਿਆਚਾਰ ਨੂੰ ਨਵੇਂ ਸੱਭਿਆਚਾਰ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ ਹਾਂ ਜਾਂ ਨਾ ਪੁੱਛਦਾ ਤਾਂ ਦਾ ਅਨਸਰ ਕੀ ਹੈ ਹਾਂ ਪੰਜਾਬੀ ਸੱਭਿਆਚਾਰ ਦੇ ਮਰਦਤ ਸਵਾਨ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ ਪੈਰ ਦੀ ਜੁੱਤੀ ਸਾਡੇ ਪੰਜਾਬੀ ਸੱਭਿਆਚਾਰ ਤੇ ਕਿਹੜੀ ਚੀਜ਼ ਦਾ ਵੱਡਾ ਤੱਬਾ ਹੈ ਸ਼ਰਾਬ ਜਾਂ ਨਸ਼ਿਆਂ ਦਾ ਪਿੰਡ ਵਿੱਚ ਸੌਣ ਮਹੀਨੇ ਪੂਰਾ ਡੈਸ਼ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨਾ ਤੇ ਕੁਆਰੀਆਂ ਕੁੜੀਆਂ ਲਈ ਡੈਸ਼ ਸਿੱਖਣ ਦੀ ਵਰਕਸ਼ਾਪ ਸੀ ਇਹ ਖਾਲੀ ਥਾਂ ਮਾਨੇ ਦੋ ਤਾਂ ਪਹਿਲੀ ਖਾਲੀ ਥਾਂ ਦੇ ਵਿੱਚ ਹੈ ਪੂਰਾ ਪੰਦਰਵਾੜਾ ਤੇ ਦੂਸਰੀ ਖਾਲੀ ਥਾਂ ਦੇ ਵਿੱਚ ਹੈ ਕੁਆਰੀਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਮਤਲਬ ਉਹ 15 ਦਿਨ ਜਿਹੜੀਆਂ ਗਿੱਧਾ ਤੀਆਂ ਲੱਗਦੀਆਂ ਸੀ ਉਹਦੇ ਵਿੱਚ ਉਹ ਗਿੱਧਾ ਸਿੱਖਦੀਆਂ ਸੀ ਤੇ ਵਿਆਈਆਂ ਹੋਈਆਂ ਕੁੜੀਆਂ ਆਪਸ ਵਿੱਚ ਮਿਲ ਲੈਂਦੀਆਂ ਸੀ ਅ ਅਗਲਾ ਜਿਹੜਾ ਹੈ ਵਸਤੂ ਨਿਸ਼ਪਸ਼ਨਾ ਹੈ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ ਹਾਂ ਜਾਂ ਨਾ ਇਹਦਾ ਉੱਤਰ ਕੀ ਹੈ ਹਾਂ ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ ਕੇ ਵਰਤੋਂ ਕਰ ਰਹੀ ਹੈ ਸੰਚਾਰ ਸਾਧਨਾਂ ਦੀ ਪਲਾਸਟਿਕ ਦੇ ਲਿਫਾਫਿਆਂ ਤੋਂ ਕਿਵੇਂ ਨਿਯਾਤ ਮਿਲ ਸਕਦੀ ਹੈ ਝੋਲੇ ਦੀ ਵਰਤੋਂ ਕਰਕੇ ਉਹ ਕਿਹੜੀ ਭਾਸ਼ਾ ਹੈ ਜੋ ਸੱਭਿਆਚਾਰ ਕਲਾਵਾਂ ਅਤੇ ਅੰਤਰਰਾਸ਼ਟਰੀ ਮੰਡੀ ਸੱਭਿਆਚਾਰ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ ਹੈ ਅੰਗਰੇਜ਼ੀ ਭਾਸ਼ਾ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਹੁਣ ਇਸ ਪ੍ਰਸ਼ਨ ਦੇ ਦੋ ਉੱਤਰ ਨੇ ਬੇਟਾ ਧਿਆਨ ਰੱਖਣਾ ਭਾਰਤੀ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਉਹ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਤੇ ਅਪਮਾਨ ਕਰਨ ਦੀ ਥਾਂ ਤੇ ਕੀ ਕਰਨਾ ਚਾਹੀਦਾ ਹੈ ਇਹਦਾ ਉੱਤਰ ਕੀ ਹੈ ਮਾਣ ਕਰਨਾ ਚਾਹੀਦਾ ਹੈ ਤਾਂ ਇਹ ਤਾਂ ਸਨ ਸਾਰੇ ਪਾਠ ਤੇ ਇਸ ਤੋਂ ਇਲਾਵਾ ਹੁਣ ਆਪਣੀ ਜਿ ਕਵਿਤਾਵਾਂ ਨੇ ਕਵਿਤਾ ਜਿਹੜੀ ਹੈਗੀ ਪਹਿਲੀ ਸੀਗੀ ਅ ਆਪਣੀ ਪਹਿਲੀ ਕਵਿਤਾ ਹੈਗੀ ਆ ਭਾਈ ਵੀਰ ਸਿੰਘ ਜੀ ਦੀ ਟੁਕੜੀ ਜਗ ਤੋਂ ਨਿਆਰੀ ਤੇ ਵੈਸੇ ਮੈਂ ਇਹਦੀ ਇੱਕ ਇੰਦਰੀ ਭਾਵ ਦੇ ਨਾਲ ਕਰਵਾ ਵੀ ਦਿੱਤੇ ਚਲੋ ਖੈਰ ਦੁਆਰਾ ਕਰ ਲੈਂਦੇ ਆ ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਂ ਕੀ ਹੈ ਭਾਈ ਵੀਰ ਸਿੰਘ ਜੀ ਤਾਂ ਇਸ ਕਵਿਤਾ ਦੇ ਵਿੱਚ ਖੁਸ਼ੀਆਂ ਨੇ ਇੱਥੇ ਸ਼ੈਵਰ ਲਈ ਹੈ ਕਸ਼ਮੀਰ ਵਿੱਚ ਇਸ ਕਵਿਤਾ ਵਿੱਚ ਚਸ਼ਮੇ ਨਾਲੇ ਨਦੀਆਂ ਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਹਨ ਉਹ ਨਿੱਕੇ ਨਿੱਕੇ ਸਮੁੰਦਰਾਂ ਵਰਗੇ ਜਾਪਦੇ ਨੇ ਇਸ ਕਵਿਤਾ ਅਨਸਾਰ ਮੁਠੀ ਵਿੱਚ ਕੀ ਆਇਆ ਰੇਤੇ ਸਮੁੰਦਰ ਠੰਡੀਆਂ ਸ਼ਾਮਾਂ ਮਿੱਠੀਆਂ ਹਵਾਵਾਂ ਬਨ ਬਰਫਾਂਮੀ ਧੁੱਪਾਂ ਬੱਦਲ ਰੁੱਤਾਂ ਮੇਵੇ ਪਿਆਰੇ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਮੁਠੀ ਦੇ ਵਿੱਚ ਆ ਗਈਆਂ ਉਸ ਥਾਂ ਕਸ਼ਮੀਰ ਬਣ ਗਿਆ ਡੈਸ਼ ਜੱਗ ਤੋਂ ਨਿਆਰੀ ਇੱਥੇ ਆਪਾਂ ਨੇ ਖਾਲੀ ਤਾਂ ਭਰਨੇ ਹੈ ਟੁਕੜੀ ਜੱਗ ਤੋਂ ਨਿਆਰੀ ਦੂਸਰੀ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਹੈ ਜਿਹੜੀ ਹੈਗੀ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਉਹਦੀ ਕਵਿਤਾ ਦਾ ਨਾਮ ਹੈਗਾ ਤਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਵਾਰ ਕਿਸ ਤੋਂ ਪੁੱਛ ਰਿਹਾ ਹੈ ਇੱਕ ਪੜ੍ਹੇ ਲਿਖੇ ਨੌਜਵਾਨ ਤੋਂ ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋ ਜਿਹੇ ਸਨ ਇਸ ਦਾ ਉੱਤਰ ਕੀ ਹੈ ਸਮੁੰਦਰਾ ਵਰਗੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਸਦੀਆਂ ਪੁਰਾਣੀ ਕਿਹੜੀ ਚੀਜ਼ ਕਿਧਰੇ ਉੱਡ ਗਈ ਤਾਂ ਕੀ ਹੈ ਆਪਸੀ ਸਾਂਝ ਦੀ ਜਾਂ ਭਾਈਚਾਰੇ ਦੀ ਭਾਵਨਾ ਦੀ ਜਿਹੜੀ ਸਾਂਝਾ ਉਹ ਉੜਪੋੜ ਗਈ ਹੈ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮੇਂ ਵਿੱਚ ਲੋਕ ਸੁੱਚਾ ਤੇ ਸੁਥਰਾ ਵਪਾਰ ਕਰਦੇ ਸਨ। ਇਹ ਠੀਕ ਹੈ ਕਿ ਗਲਤ ਹੈ? ਤਾਂ ਉੱਤਰ ਕੀ ਹੈ? ਠੀਕ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਨੂੰ ਮਨੁੱਖਾਂ ਮਨੁੱਖਾਂ ਦੀ ਪੂਜਾ ਦੀ ਥਾਂ ਠਿੱਕਰਿਆਂ ਦੀ ਪੂਜਾ ਕਰਨ ਦਾ ਦੁੱਖ ਹੈ। ਇਹ ਦਾ ਅਨਸਰ ਕੀ ਹੈ? ਠੀਕ ਹੈ। ਉਹ ਨਾ ਜਹਾ ਪੁੱਛਦਾ ਤਾਂ ਉੱਤਰ ਕੀ ਹੈ? ਹਾਂ। ਉਹ ਹੁਣ ਪੁਰਾਣੇ ਵਿਆਹਾਂ ਦੇ ਡੈਸ਼ ਨਹੀਂ ਡੈਸ਼ ਨਹੀਂ। ਖਾਲੀ ਥਾਮਾ ਨੇ ਉਹ ਹੁਣ ਪੁਰਾਣੇ ਵਿਆਹਾਂ ਦੇ ਰੰਗ ਨਹੀਂ ਟੰਗ ਨਹੀਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਿਸ ਚੀਜ਼ ਦਾ ਭਰਪੂਰ ਚਿੱਤਰਣ ਹੋਇਆ ਪੰਜਾਬੀ ਸੱਭਿਆਚਾਰ ਦਾ ਤਾਂ ਅਗਲੀ ਕਵਿਤਾ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ ਦੀ ਇਹਦਾ ਕਵਿਤਾ ਦਾ ਨਾਮ ਹੈ ਵਗਦੇ ਪਾਣੀ ਭਾਵੇਂ ਜੇ ਤੁਹਾਡੇ ਕੋਲ ਪੁੱਛਿਆ ਜਾਵੇ ਵੀ ਭਾਈ ਕਵਿਤਾ ਦਾ ਕਵੀ ਕੌਣ ਹੈ ਜਾਂ ਇਹਨੇ ਇਸ ਇਸ ਕਵੀ ਨੇ ਕਿਹੜੀ ਕਹਾਤਾ ਲਿਖੇ ਦੋਨੋਂ ਆਪੋਸਿਟ ਆਪਾਂ ਕਰਕੇ ਲਿਖ ਦੇਣੇ ਹੈਗੇ ਨੇ ਤਾਂ ਵਗਦੇ ਪਾਣੀ ਕਵਿਤਾ ਹੈਗੀ ਆ ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਲਿਖੀ ਹੈ ਤਾਂ ਖੜੇ ਪਾਣੀ ਨਾਲ ਕੀ ਵਾਪਰਦਾ ਹੈ ਇਹ ਵਸਤੂ ਨਿਸ਼ਪਸ਼ਣ ਨੇ ਤਾਂ ਉਹ ਕੀ ਹੋ ਜਾਂਦਾ ਬੁੱਸ ਜਾਂਦਾ ਹੈ ਵਗਦੇ ਪਾਣੀ ਅਨੁਸਾਰ ਕਵਿਤਾ ਅਨੁਸਾਰ ਵਿਛੜਾ ਨਾਲ ਜਿੰਦਾ ਮਰ ਜਾਂਦੀਆਂ ਹਨ ਉਹ ਪੁੱਛਦਾ ਠੀਕ ਹੈ ਕਿ ਗਲਤ ਹੈ ਤਾਂ ਉੱਤਰ ਕੀ ਹੈ ਠੀਕ ਹੈ ਅਗਲੀ ਜਿਹੜੀ ਲਾਈਨ ਹੈ ਰੂਹਾਂ ਅੜਕਣ ਨਾਲ ਡਿੱਗਦੀਆਂ ਨਹੀਂ ਉਹ ਪੁੱਛਦਾ ਹੈ ਹਾਂ ਜਾਂ ਨਾ ਉਹਦਾ ਆਨਸਰ ਕੀ ਹੈ ਨਾ ਉਹ ਕਹਿੰਦਾ ਵੀ ਰੂਹਾਂ ਟਕਣ ਦੇ ਨਾਲ ਤਾਂ ਡਿੱਗਦੀਆਂ ਨੇ ਨਾ ਇਹ ਆਪੋਜ਼ਿਟ ਕਹਿੰਦਾ ਹੈਗਾ ਠੀਕ ਆ ਕਿ ਟੁਰਿਆਂ ਡੈਸ਼ ਹਾਂ ਕਿ ਘਟਦਿਆਂ ਖਲੋਇਆਂ ਡੈਸ਼ ਹਾਂ ਕਿ ਟੁਰਿਆਂ ਵਧਦਾ ਹਾਂ ਕਿ ਖਲੋਇਆਂ ਘਟਦਾ ਹਾਂ ਖਾਲੀ ਥਾਵਾਂ ਸੀ ਇਹ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ ਵਿੱਚ ਕਿਹੜਾ ਭਾਵ ਪਰਵਲ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ ਹੁਣ ਉਹਨੇ ਆਲਟਰਨੇਟਿਵਸ ਦਿੱਤੇ ਹੋਏ ਨੇ ਨੇ ਗਤੀਸ਼ੀਲ ਜੀਵਨ ਰੋਮਾਂਚਿਕ ਜੀਵਨ ਕੁਦਰਤੀ ਜੀਵਨ ਤੇ ਨਿੱਜੀ ਜੀਵਨ ਤਾਂ ਜੀ ਕਿਹਾ ਗਤੀਸ਼ੀਲ ਜੀਵਨ ਉਹ ਕਹਿੰਦਾ ਚੱਲਦੇ ਰਹਿਣਾ ਚਾਹੀਦਾ ਆਪਾਂ ਨੂੰ ਅਗਲੀ ਕਵਤਾ ਹੈ ਪ੍ਰੋਫੈਸਰ ਮਹਿੰਦ ਸਿੰਘ ਜੀ ਦੀ ਤਾਜ ਮਹਿਲ ਜਿਸ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਨੇ ਖਾਲੀ ਥਾਂ ਮਾਨੇ ਵਿਰਸ਼ਾ ਬੁੱਟਿਆਂ ਦੇ ਪਰਸ਼ਾਵੇਂ ਨਸ਼ਾ ਨਾਲ ਡੈਸ਼ ਕਾ ਦੇ ਸੋਹਲਛੀਨੇ ਉੱਤੇ ਸਵਾਦ ਸਵਾਦ ਉਹ ਡੈਸ਼ ਤਾਂ ਪਹਿਲੀ ਜਿਹੜੀ ਲਾਈਨ ਦੇ ਵਿੱਚ ਆਉ ਨਸ਼ਿਆਂ ਨਾਲ ਗੁੜੁੰਦੇ ਤਾਂ ਚੌਥੀ ਲਾਈਨ ਦੇ ਵਿੱਚ ਆਊਗਾ ਸਵਾਦ ਸਵਾਦ ਹੋ ਉੰਗੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਡੇ ਹਰੇ ਭਰੇ ਅਤੇ ਸਾਵੇ ਸਨ ਇਹ ਠੀਕ ਹੈ ਜਾਂ ਗਲਤ ਇਹਦਾ ਉੱਤਰ ਕੀ ਹੈ ਠੀਕ ਹੈ ਤਾਂ ਸੁੱਤੇ ਪਾਣੀਆ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ ਪੁੱਛਦਾ ਹਾਂ ਕਿ ਨਾ ਇਹ ਲਾਈਨ ਗਲਤ ਹੈਗੀ ਹੈ ਕਿਉਂਕਿ ਉਹ ਦਮਨ ਵੀ ਕਿਹਾ ਨਾ ਬਗਦੇ ਪਾਣੀਆ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਕਵਿਤਾ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫਤਾਂ ਕਰਦਾ ਹੈ ਸ਼ਾਹਜਹਾਨ ਦੀਆਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਕੀ ਹਾਲਤ ਸੀ ਦਾ ਉੱਤਰ ਕੀ ਹੈ ਉਹਨਾਂ ਦੀ ਹਾਲਤ ਬੜੀ ਮਿਆੜੀ ਸੀ ਉਹਨਾਂ ਦੇ ਹੱਥ ਹੱਥ ਪੈਰ ਜਿਹੜੇ ਨੇ ਬਿਆਈਆਂ ਦੇ ਨਾਲ ਭਰੇ ਹੋਏ ਸਨ ਤਾਂ ਤਾਜ ਮਹਿਲ ਕਵਿਤਾ ਪੜ੍ਹ ਕੇ ਕਵਿਦੀ ਹਮਦਰਦੀ ਕਿਸ ਤਰ ਵੱਲ ਜਾਪਦੀ ਹੈ ਦਾ ਉੱਤਰ ਹੈ ਚਾਰ ਆਲਟਰਨੇਟਿਵ ਨੇ ਸ਼ਾਸਕ ਤਿਰ ਸ਼ੋਸ਼ਕ ਤਿਰ ਸਮਾਜਿਕ ਤਿਰ ਤੇ ਸੰਗਾਉ ਤਿਰ ਹੁਣ ਹਰੇਕ ਚੀਜ਼ ਦਾ ਸਾਨੂੰ ਪਤਾ ਹੋਣਾ ਚਾਹੀਦਾ ਸ਼ਾਸਕ ਤਰ ਕਿਹੜੀ ਨੇ ਜਿਹੜੀ ਰਾਜ ਕਰ ਰਹੀ ਆ ਉਹਦੀ ਤਾਂ ਗੱਲ ਨਹੀਂ ਕੀਤੀ ਉਹਨੇ ਠੀਕ ਆ ਹਮਦਰਦੀ ਕਿਦੇ ਵੱਲ ਆ ਤਾਂ ਦੂਸਰਾ ਹੈ ਸਮਾਜਿਕ ਤਰ ਸਮਾਜ ਦਾ ਕੋਈ ਵੀ ਹੋ ਸਕਦਾ ਹੈ ਸੰਗਾਉ ਤੇ ਜਿਹੜੇ ਸੰਗਣ ਵਾਲੇ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਹਨਾ ਤਾਂ ਸ਼ੋਸ਼ਿਤ ਤਰ ਦਾ ਅਰਥ ਕੀ ਹੁੰਦਾ ਹੈ ਜੇ ਉਹ ਲੋਕ ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਤਾਂ ਇਸ ਕਵਿਤਾ ਦਾ ਜਿਹ ਵਿੱਚ ਆਪਾਂ ਦੇਖਦੇ ਹੈਗੇ ਆਂ ਵੀ ਕਵੀ ਦੀ ਹੰਦਰਦੀ ਸ਼ੋਸ਼ਿਤ ਤਰ ਵਾਲ ਹੈਗੀ ਹੈ ਠੀਕ ਹੈ ਇਹ ਇਹਦੇ ਪ੍ਰਸ਼ਨ ਉੱਤਰ ਸੀਗੇ ਨੰਦ ਲਾਲ ਨੂਰਪੁਰੀਨ ਅਗਲੇ ਕਵੀ ਤੇ ਇਹਨਾਂ ਨੇ ਕਵਿਤਾ ਲਿਖੀ ਹੈ ਚੁੰਮ ਚੁੰਮ ਰੱਖੋ ਤਾਂ ਇਸ ਕਵਿਤਾ ਦੇ ਵਸਤੁਨਿਸ਼ ਕੁਐਸਚਨ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਿਤਾ ਨੇ ਕਿਹੜੇ ਸਹਬਜ਼ਾਦੇ ਜੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ ਅਜੀਤ ਤੇ ਜੁਝਾਰ ਜਿਹੜੇ ਜੰਗ ਵਿੱਚ ਗਏ ਨੇ ਉਹਨਾਂ ਦੇ ਵਾਪਸ ਪਰਤਣ ਦੀ ਉਡੀਕ ਦੇ ਵਿੱਚ ਇਹ ਕਵਿਤਾ ਲਿਖੀ ਗਈ ਹੈਗੀਆ ਤਾਂ ਇਹ ਉਹਨਾਂ ਦੇ ਵਾਪਸ ਮੜ ਕੇ ਆਉਣ ਦੀ ਗੱਲ ਕੀਤੀ ਹੈਗੀਆ ਕੁਲੇ-ਕੁਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ ਗੋਰੀਆਂ ਜਾਂ ਤਿੱਖੀਆਂ ਤਾਂ ਦਾ ਆਨਸਰ ਕੀ ਹੈ ਗੋਰੀਆਂ ਲਹੂ ਵਿੱਚ ਭਿੱਜੀ ਕੋੜੀ ਪੁੱਬਾਂ ਮਾਰ ਰਹੀ ਸੀ ਇਹਦਾ ਉੱਤਰ ਕੀ ਹੈ ਹਾਂ ਜਾਂ ਨਾ ਹਾਂ ਇਹਦਾ ਉੱਤਰ ਹੈ ਹਾਂ ਕੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਡੈਸ਼ ਵੱਜਦੇ ਵੇਖਣੇ ਨੂੰ ਨੈਣ ਆਏ ਬੂਹੇ ਵੱਲ ਡੈਸ਼ ਭੱਜਦੇ ਮਤਲਬ ਇਹ ਦੋਨੋਂ ਲਾਈਨਾਂ ਦੇ ਵਿੱਚ ਆਪਾਂ ਖਾਲੀ ਥਾਵਾਂ ਭਰਨੀਆਂ ਹੈਗੀਆਂ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾਂ ਵਸਿਆ ਤੋ ਕਨਸਾਰ ਜੋੜਾ ਕਿਸ ਦੇ ਕੋਲ ਚਲਾ ਗਿਆ ਸੀ ਤਾਂ ਦਾ ਉੱਤਰ ਕੀ ਹੈ ਦਾਦੇ ਕੋਲ ਅਗਲੀ ਕਵਿਤਾ ਹੈ ਪੈਰਾ ਸਿੰਘ ਸਹਰਾਏ ਜੀ ਦੀ ਜਿਸ ਦਾ ਨਾਮ ਹੈ ਦੋਸਤਾਂ ਤਾਂ ਇਹਦੇ ਕੁਝ ਵਿਸ਼ਤੁਨਿਸ਼ਚੇਸ਼ਨ ਹੈਗੇ ਨੇ ਕਵਿਤਾ ਦੋਸਤਾ ਅਨਸਾਰ ਨਾ ਮਾ ਨਾਚ ਸਰੀਰ ਦੇ ਕਿਸ ਅੰਗ ਵਿੱਚ ਟੜਕਦਾ ਹੈ ਉਹ ਕਹਿੰਦਾ ਹੈਗਾ ਨਾਚ ਪੈਰਾਂ ਵਿੱਚ ਟੜਕੇ ਅਜ ਨਾ ਹੁਣ ਤਾਂ ਕੀ ਹੈ ਪੈਰਾਂ ਵਿੱਚ ਟੜਕਦਾ ਹੈਗਾ ਦੋਸਤਾ ਕਵਿਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਕਿੰਨੀ ਕੁ ਵਿਥ ਤੇ ਨਜ਼ਰ ਆਉਂਦੀ ਹੈ ਵੈਸੇ ਕਵਿਤਾ ਮੈਂ ਪਾਈ ਹੋਈ ਹੈਗੀਆਂ ਆਪਣੇ ਇਸ ਦੇ ਵਿੱਚ ਚੈਨਲ ਤੇ ਤਤ ਉਸ ਨੂੰ ਬਹੁਤ ਚੰਗਰ ਤੇਕ ਨਾਲ ਸੁਣ ਸਕਦੇ ਹੈਗੀਆਂ ਤੇ ਉਹਦੇ ਵਿੱਚ ਸਾਰਾ ਕੁਝ ਸਮਝਾਇਆ ਗਿਆ ਹੈਗਾ ਤਾਂ ਇਹਦੇ ਵਿੱਚ ਕੀ ਕਿਹਾ ਹੋਵੇ ਕਵੀ ਨੂੰ ਮਨੁੱਖ ਦੀ ਮੰਜ਼ਲ ਦੋ ਕਦਮਾਂ ਦੀ ਵਿੱਚ ਵਿਥ ਤੇ ਨਜ਼ਰ ਆਉਂਦੀ ਹੈ ਢਾਰਿਆਂ 'ਚ ਉਠ ਹਮਲਾ ਮਾਰ ਕੇ ਪਕੜ ਲੈ ਉੱਚਾ ਮਨਾਰਾ ਦੋਸਤਾਂ ਲਾਈਨ ਇਹ ਖਾਲੀ ਥਾਂ ਹੈਗੀ ਤਾਂ ਪੈਰਾ ਸਿੰਘ ਸਹਰਾਏ ਦੀ ਕਵਿਤਾ ਦੋਸਤਾਂ ਅਨੁਸਾਰ ਮਨੁੱਖੀ ਹੋਣ ਦਾ ਸਤਾਰਾ ਧੌਣ ਚੁੱਕ ਕੇ ਸੈਨਤਾ ਕਰ ਰਿਹਾ ਹੈ ਦਾ ਉੱਤਰ ਕੀ ਹੈ ਹਾਂ ਸਹੀ ਹੈ ਮਤਲਬ ਇਹ ਪਾਰਸ ਸਿੰਘ ਸਹਰਾਏ ਦੀ ਕਵਿਤਾ ਦੋਸਤਾ ਦੀ ਮੂਲ ਸੁਰ ਪੁੱਛਦਾ ਕਿਹੋ ਜਿਹੀ ਹੈ ਉਪਦੇਸ਼ਾਤਮਕ ਬਾਪੂ ਸਾਨੂੰ ਉਪਦੇਸ਼ ਦੇ ਰਿਹਾ ਹੈ ਵੀ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਹੁਣ ਅਗਲੀ ਕਵਿਤਾ ਹੈ ਅਮਰਤਾ ਪ੍ਰੀਤਮ ਜੀ ਦੀ ਵਾਰਸ਼ ਸ਼ਾ ਤਾਂ ਬੇਦਰਦਮੰਦਾਂ ਨੇ ਦਰਦੀਆ ਉੱਟ ਤੱਕ ਆਪਣਾ ਪੰਜਾਬ ਅਮਰਤਾ ਪ੍ਰੀਤਮ ਜੀ ਦੀ ਕਵਿਤਾ ਵਾਰਸ਼ ਸ਼ਾ ਦੀ ਉਪਰੋਤਕ ਤੋਕ ਵਿੱਚ ਦਰਦਮੰਦਾਂ ਨੇ ਦਰਦੀਆ ਕਿਸ ਨੂੰ ਆਖਿਆ ਗਿਆ ਹੈ ਤਾਂ ਉੱਤਰ ਕੀ ਹੈ ਵਾਰਸ਼ ਸ਼ਾ ਨੂੰ ਅੱਜ ਬੇਲੇ ਡੈਸ਼ ਵਿਸ਼ਿਆਂ ਤੇ ਡੈਸ਼ ਦੀ ਪਰਿਚਨਾਵ ਅੱਜ ਬੇਲੇ ਲਾਸ਼ਾਂ ਵਿਸ਼ਿਆਂ ਤੇ ਲਹੂ ਦੀ ਪਰਿਚਨਾਵ ਇਹ ਖਾਲੀ ਥਾਵਾਂ ਭਰਨੀਆਂ ਸੀ ਆਪਾਂ ਨੇ ਕਵਿਤਾ ਵਾਰਸ਼ਾ ਅਨਸਾਰ ਪੰਜ ਪਾਣੀਆਂ ਵਿੱਚੋਂ ਜ਼ਹਿਰ ਲਾਉਣ ਨਾਲ ਇੱਥੋਂ ਦੀ ਜ਼ਰਖੇਜ਼ ਜ਼ਮੀਨ ਦੇ ਲੂਨੂ ਵਿੱਚੋਂ ਜ਼ਹਿਰ ਫੁੱਟ ਪਿਆ ਸੀ ਇਹਦਾ ਉੱਤਰ ਹਾਂ ਹੈ ਜਾਂ ਨਾ ਇਹਦਾ ਉੱਤਰ ਕੀ ਹੈ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਵਿੱਚ ਕਿਹੜੇ ਪ੍ਰੀਤ ਨਾਇਕ ਨਾਇਕਾ ਦਾ ਜ਼ਿਕਰ ਕੀਤਾ ਗਿਆ ਹੈ ਹੀਰ ਰਾਂਝੇ ਦਾ ਕਵਿਤਾ ਵਾਰਸ ਸ਼ਾਹ ਅਨੁਸਾਰ ਪੰਜਾਬ ਵਿੱਚ ਫਿਰਕਾ ਫਸਤੀ ਫੈਲਣ ਦੇ ਨਾਲ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਰੋ ਰਹੀਆਂ ਸਨ ਇਹਦਾ ਉੱਤਰ ਕੀ ਹੈ ਹਾਂ ਜਾਂ ਨਾ ਪੁੱਛਿਆ ਤਾਂ ਉੱਤਰ ਕੀ ਹੈ ਹਾਂ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਵਿੱਚ ਕਿਹੜੇ ਸਾਲ ਦਾ ਦੁਖਾਂਤ ਚਿੱਤਰਣ ਕੀਤਾ ਗਿਆ ਹੈ ਇਹ 1947 ਚ ਦੇਸ਼ ਦੀ ਵੰਡ ਦਾ ਜ਼ਿਕਰ ਕੀਤਾ ਗਿਆ ਹੈ ਹੁਣ ਅਗਲੀ ਕਵਿਤਾ ਹੈ ਮੇਰਾ ਬਚਪਨ ਤਾਂ ਇਸ ਨੂੰ ਹਰਪਜਨ ਸਿੰਘ ਨੇ ਲਿਖਿਆ ਹੈਗਾ ਤਾਂ ਇਹਦੇ ਵਿੱਚ ਦੱਸਿਆ ਗਿਆ ਵੀ ਜੇਕਰ ਪਿਤਾ ਦੀ ਡੈਥ ਹੋ ਜਾਂਦੀ ਹੈ ਤਾਂ ਬੱਚੇ ਦਾ ਕੀ ਹਾਲ ਹੁੰਦਾ ਹੈਗਾ ਤਾਂ ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁੱਲ ਗਿਆ ਪਿਤਾ ਦੀ ਗੈਰ ਹਾਜ਼ਰੀ ਕਰਨ ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਾਨ ਵਿੱਚ ਹੈ ਪੁੱਤਰ ਦੀ ਮਾਂ ਦੇ ਅ ਕਦੇ ਕਦੇ ਬਾਲਾਂ ਦੇ ਕੁਛੜ ਸੌਣ ਨਿਚਿੰਤ ਇਥੇ ਪਾ ਖਾਲੀ ਥਾਂ ਭਰਨੀ ਹੈ ਕਿ ਨੇ ਕਰਮਣ ਮਾਵਾਂ ਮੇਰਾ ਬਚਪਨ ਕਵਿਤਾ ਵਿੱਚ ਮਾਂ ਨੇ ਆਪਣੇ ਹੱਥੀਂ ਆਪਣੇ ਪਿਤਾ ਦੀ ਪਤੀ ਦੀ ਚਿਤਾ ਜਲਾਈ ਇਹਦਾ ਠੀਕ ਹੈ ਕਿ ਗਲਤ ਇਹਦਾ ਉੱਤਰ ਕੀ ਹੈ ਠੀਕ ਹੈ ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੁਣ ਇਹਨਾਂ ਚਾਰ ਰਿਸ਼ਤਿਆਂ ਦਾ ਜ਼ਿਕਰ ਕੀਤਾ ਬਟ ਧਿਆਨ ਨਾਲ ਆਪਾਂ ਨੇ ਇਹਨਾਂ ਆਨਸਰ ਦੇਣਾ ਹੁੰਦਾ ਤਾਂ ਜਿਵੇਂ ਕਹਿੰਦਾ ਮਾਂ ਪੁੱਤ ਪਿਓ ਤੀ ਭੈਣ ਭਰਾ ਤੇ ਨੂੰ ਪੁੱਤ ਹੁਣ ਬਾਕੀ ਜਿਹੜੇ ਹੈਗੇ ਨੇ ਦੇਖੋ ਨਾ ਤਾਂ ਪਿਓ ਤੀ ਹੈ ਦੇ ਵਿੱਚ ਨਾ ਭੈਣ ਭਰਾ ਨੇ ਨਾ ਨੂੰ ਪੁੱਤ ਨੇ ਤਾਂ ਇੱਥੇ ਮਾਂ ਪੁੱਤ ਹੈਗੇ ਨੇ ਠੀਕ ਹੈ ਇਹਦਾ ਆਨਸਰ ਇਹ ਹੈਗਾ ਤਾਂ ਅਗਲੀ ਕਵਿਤਾ ਹੈ ਗੀਤ ਇਹ ਸ਼ਿਵ ਕੁਮਾਰ ਮਟਾਲਵੀਜ਼ ਦੀ ਲਿਖੀ ਹੋਈ ਹੈਗੀ ਆ ਤੇ ਉਹਦੇ ਵਿੱਚ ਪਸਤੂਨਿਸਟ ਕੁਐਸਚਨ ਹੈਗੇ ਨੇ ਸ਼ਿਵ ਕੁਮਾਰ ਬਟਾਲਵੀ ਨੇ ਆਪਣਾ ਗੀਤ ਕਿਸ ਨੂੰ ਸੰਬੋਧਨ ਕੀਤਾ ਹੈ ਪਠੀਵਾਲੀ ਨੂੰ ਕਵੀ ਪਠੀਵਾਲੀ ਨੂੰ ਛੇਤੀ ਕਰਨ ਲਈ ਕਿਉਂ ਆਖਦਾ ਹੈ ਤਾਂ ਇਸ ਦੀ ਜਿਹੜਾ ਰਚਨਾ ਦੇ ਆਧਾਰ ਤੇ ਦੱਸਣਾ ਆਪਾਂ ਨੇ ਕਿਉਂਕਿ ਉਸਨੇ ਦੂਰ ਜਾਣਾ ਹੈ ਮੇਰੀ ਵਾਰੀ ਪੱਤਿਆਂ ਦੀ ਪੰਡ ਡੈਸ਼ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹ ਨੂੰ ਡੈਸ਼ ਹੋ ਗਈ ਹੁਣ ਖਾਲੀ ਥਾਂ ਭਰਨੀ ਆ ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਉਸ ਕੋਲ ਚੁੰਗ ਦੀ ਬੋਰੀ ਹੈ ਉਹਨੇ ਕਿਹਾ ਮੁਠੀ ਕੁ ਹੈ ਚੁੰਗ ਮੇਰੀ ਮੁਠੀ ਕਿਹ ਹਨ ਇੱਥੇ ਕਹਿੰਦੇ ਚੁੰਗ ਦੀ ਬੋਰੀ ਹੈ ਤਾਂ ਗਲਤ ਆ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਹਵਾਵਾਂ ਬਰਲਾਪ ਕਰਕੇ ਸੌ ਗਈਆਂ ਹਨ ਇਹ ਕੀ ਆ ਠੀਕ ਲਾਈਨ ਸ਼ਿਵ ਕੁਮਾਰ ਬਟਾਲਵੀ ਦੀ ਗੀਤ ਦੀ ਬੂਲ ਸੁਰ ਕੀ ਹੈ ਉਦਾਸ ਹੈ ਅਗਲੀ ਕਵਿਤਾ ਹੈ ਸ਼ਿਵ ਸੁਰਜੀਤ ਪਾਤਰ ਜੀ ਦੀ ਐਵੇਂ ਨਾ ਪੁੱਤਾਂ ਤੇ ਡੋਲੀ ਜਾਂ ਪਾਣੀ ਤਾਂ ਪਹਿਲਾ ਇਹਦਾ ਵੈਸਟਰਨ ਐਕਸਪ੍ਰੈਸ਼ਨ ਹੈਗਾ ਕਿ ਸੁਰਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ ਵਿੱਚ ਪਾਣੀ ਬੁੱਤਾਂ ਤੇ ਡੋਲਣ ਦੀ ਥਾਂ ਤੇ ਕਿੱਥੇ ਬਰਸਾਉਣ ਦੀ ਨਸੀਹਤ ਦਿੱਤੀ ਹੈ ਉਹਨੇ ਕੀ ਕਿਹਾ ਰੁੱਖਾਂ ਤੇ ਡੋਲ ਦੇ ਐਵੇਂ ਨਾ ਬੁੱਤਾਂ ਤੇ ਡੋਲੀ ਜਾਂ ਪਾਣੀ ਗਜ਼ਲ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਉਂ ਕੰਬਦਾ ਹੈ ਕਿਉਂਕਿ ਜਦੋਂ ਉਹਨੇ ਦੇਖਿਆ ਕਿ ਉਹਦੇ ਵਿਰਖਾਂ ਦੀਆਂ ਕੋਈ ਪੱਤੀਆਂ ਰਖਤਾਂ ਦੇ ਜਿਹੜੇ ਵਿਰਖਾਂ ਦੀਆਂ ਪੱਤੀਆਂ ਨੂੰ ਕੋਈ ਤੋੜ ਰਿਹਾ ਹੈ ਤਾਂ ਫਿਰ ਸਰਵਰ ਦਾ ਸੁੱਤਿਆ ਹ ਪਾਣੀ ਵੀ ਕੰਬਣ ਲੱਗ ਪਿਆ ਬਿਰਖੇ ਬਿਰਖਾਂ ਪੀਲੇ ਪੱਤਰ ਡੈਸ਼ ਹੱਥ ਭੇਜੇ ਬਿਰਖਾਂ ਪੀਲੇ ਪੱਤਰ ਪੌਣਾ ਹੱਥ ਭੇਜਿਆ ਇਹ ਖਾਲੀ ਥਾਂ ਭਰਨੀ ਸੀ ਆਪਾਂ ਨੇ ਕਵੀ ਦੀ ਪਿਆਸ ਅਗੰਡ ਵਧਣ ਤੇ ਵੜਨ ਤੇ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ ਠੀਕ ਹੈ ਇਹਦਾ ਆਨਸਰ ਪੁੱਛਿਆ ਨੇ ਵੀ ਠੀਕ ਆ ਕਿ ਗਲਤ ਹੈ ਤਾਂ ਇਹ ਠੀਕ ਹੈ 16 ਦੇ ਰੁੱਖਾਂ ਤੇ ਪਾਣੀ ਵਰਨ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ ਉਪੋਸ਼ਦਾ ਠੀਕ ਹਾਂ ਜਾਂ ਨਾ ਇਹਦਾ ਆਨਸਰ ਹੈ ਵੀ ਨਾ ਉਹਨੂੰ ਯਾਦ ਆਈ ਸੀ ਇਸ ਦੀ ਸੁਰਜੀਤ ਪਾਤਰ ਦੀ ਗਜ਼ਲ ਤੋਕ ਲੱਗੀ ਧੁੱਪ ਜੇ ਸ਼ਹਿਹ ਤੇਰੇ ਦੇ ਵਿਰਖਾਂ ਨੂੰ ਆਉਂਦੇ ਪ੍ਰਤੀਕਰਮ ਵਜੋਂ ਪਾਣੀ ਉੱਧਰ ਜਾਵੇਗਾ ਕਿੱਥੋਂ ਦਾ ਪਾਣੀ ਉੱਧਰ ਜਾਵੇਗਾ ਮੇਰੇ ਸ਼ਹਿਰ ਦਾ ਹੁਣ ਇਸ ਤੋਂ ਬਾਅਦ ਕਹਾਣੀਆਂ ਰਹਿ ਗਈਆਂ ਆਪਣੀਆਂ ਤਾ ਫਟਾਫਟ ਉਹ ਵੀ ਆਪਾਂ ਕਰ ਲੈਣੇ ਆ ਕਹਾਣੀ ਪਹਿਲੀ ਕਹਾਣੀ ਹੈ ਸੁਜਾਨ ਸਿੰਘ ਜੀ ਦੀ ਸਾਂਝ ਕਹਾਣੀ ਹੈਗੀ ਆ ਤਾਂ ਇਹਦੇ ਜਿਹੜੇ ਵਸਤੂਨਿਸ਼ਟ ਕੁਐਸਚਨ ਹੈਗੇ ਨੇ ਥੋੜੇ ਜਿਹੇ ਪਵਾਚ ਲੈਣੇ ਆ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ دیر ਰੋੜਿਆ ਤਾਂ ਇਹ ਜਿਹੜਾ ਇਹਦਾ ਪਾਤਰ ਹੈ ਸ਼੍ਰੀ ਐਮ ਐਲ ਮਲਹੋਤਰਾ ਸਾਈਕਲ ਤੇ ਸੀਗਾ ਉਸਨੇ ਉਸ ਰੋੜਿਆ ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਕਤਾ ਨਾਲ ਸਮਾਨਤਾ ਕਿਉਂ ਮਹਿਸੂਸ ਕਰਦਾ ਹੈ ਮਹਿਸੂਸ ਕਰਦਾ ਹੈ ਕਿ ਨਹੀਂ ਪੁੱਛਦਾ ਹੈ ਸਹੀ ਕਿ ਗਲਤ ਇਹਦਾ ਉੱਤਰ ਕੀ ਹੈ ਸਹੀ ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜੀ ਕਵਿਤਾ ਦਾ ਚਿੱਤ ਆਇਆ ਕਿਹੜੀ ਕਵਿਤਾ ਸੀ ਉਹਦਾ ਨਾਮ ਕੀ ਸੀ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦੇ ਆ ਉਹਦਾ ਕਵਿਤਾ ਦਾ ਨਾਮ ਸੀਗਾ ਤਾਂ ਇਹ ਕੰਦਰ ਸਹੀ ਸਹੀ ਆ ਕਿ ਗਲਤ ਵੀ ਹਾਂ ਹੁਣ ਯਾਦ ਆਇਆ ਸੀਗਾ ਸਹੀ ਹੈ ਦਾ ਅਨਸਰ ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਨੇ ਕਿਉਂਕਿ ਉਹਨੂੰ ਯਾਦ ਹੁੰਦਾ ਵੀ ਅਖਬਾਰ ਦੇ ਵਿੱਚ ਇਹਨੇ ਇੱਕ ਲੀਡਰ ਦਾ ਬਿਆਨ ਪੜ੍ਹਿਆ ਸੀਗਾ ਵੀ ਵਿਦੇਸ਼ੀ ਤਾਂ ਜਿਹੜਾ ਰਾਕਟਾਂ ਤੇ ਸputnikਾਂ ਦੇ ਵਿੱਚ ਪਹੁੰਚ ਗਏ ਭਾਰਤ ਅਜੇ ਗਰੀਬਾਂ ਦੀ ਸਾਈਕਲ ਦੇ ਯੁੱਗ ਵਿੱਚ ਹੀ ਪਹੁੰਚਿਆ ਹੈਗਾ ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸਾ ਨਾ ਦੇਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ ਪਹਿਲਾ ਕਾਰਨ ਇਹ ਸੀਗਾ ਉਹਦੀ ਜੇਬ ਦੇ ਵਿੱਚ ਸਿਰਫ 30 ਪੈਸੇ ਸੀਗੇ ਮਹੀਨੇ ਦਾ ਆਖੀਰ ਸੀਗਾ ਤਨਖਾਹ ਉਹਦੀ ਖਤਮ ਹੋ ਚੁੱਕੀ ਸੀ ਘਰ ਵਿੱਚ ਉਹਦਾ ਛੋਟਾ ਜਿਹਾ ਬੱਚਾ ਤਿੰਨ ਪੈਸੇ ਤੇ ਰਸਲੀ ਵੀ ਰੋਂਦਾ ਸੀਗਾ ਤੇ ਦੂਸਰੀ ਗੱਲ ਉਹਦੇ ਕੋਲ ਜਿਹੜੇ ਪੈਸੇ ਸੀ ਉਹ ਬੱਸ ਦੇ ਕਿਰਾਏ ਲਈ ਪੂਰੇ ਨਹੀਂ ਸੀਗੇ ਫਿਰ ਉਹਨੇ ਸੋਚਿਆ ਮੈਂ ਕਿਸੇ ਤੋਂ ਮੰਗ ਕੇ ਲੈ ਕੇ ਆਵਾਂ ਫਿਰ ਉਹਨੂੰ ਸ਼ਰਮ ਵੀ ਆਈ ਇਹ ਉਹਦੇ ਕਾਰਨ ਸੀ ਤਾਂ ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ ਸੋਚਦਾ ਹੈ ਉਹ ਕੀ ਕਹਿੰਦਾ ਵੀ ਉਹ ਬੜਾ ਹੀ ਰਹਿਮਦਿਲਾ ਨੋ ਸੌਰੀ ਬੇਰਹਿਮ ਹੈਗਾ ਵੀ ਉਹਨੇ ਉਹ ਬੁੱਢੀ ਨੂੰ ਜਿਹੜਾ ਹੈ ਆਪਣੇ ਸਾਈਕਲ ਤੇ ਨਹੀਂ ਸੀ ਚੜਾਇਆ ਪਹਿਲਾਂ ਉਹ ਇਹ ਸੋਚਦਾ ਸੀਗਾ ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਹੈ ਇਸ ਕਹਾਣੀ ਦੇ ਵਿੱਚ ਮਨੁੱਖੀ ਹਮਦਰਦੀ ਦੀ ਸਾਂਝ ਦਾ ਜ਼ਿਕਰ ਹੈ ਸਾਂਝ ਖਾਣ ਵਿੱਚ ਆਏ ਮੁੱਖ ਪਾਤਰ ਪ੍ਰੋਫੈਸਰ ਚੀਰੇਵਾਲਾ ਸਾਈਕਲ ਸਵਾਰ ਤੇ ਬੁੱਢੀ ਮਾਈ ਹਨ ਇਹ ਪੁੱਛਦਾ ਠੀਕ ਆ ਗਲਤ ਆ ਇਹਦਾ ਉੱਤਰ ਕੀ ਹੈ ਠੀਕ ਹੈ ਤਾਂ ਚਲੋ ਅਗਲਾ ਹੈ ਅਗਲੀ ਕਹਾਣੀ ਹੈ ਆਪਣੀ ਨੀਲੀ ਸ਼੍ਰੀਕਰਤਾ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਹੈਗੀ ਤਾਂ ਇਹਦੇ ਬਸ ਸਨਿਸ਼ ਕੁਐਸਚਨ ਤਾਂ ਲੇਖਕ ਦੀ ਤਰੀਮਤਾਂ ਗਵਾਲੇ ਨਾਲ ਕਿਹੜੀਆਂ-ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸੀ ਜਦੋਂ ਉਹਨੇ ਉਹ ਦੁੱਧ ਦਾ ਮੁੱਲ ਨਿਸ਼ਚਿਤ ਕੀਤਾ ਸੀ ਤਾਂ ਉਹਨਾਂ ਨੇ ਕੀ ਕਿਹਾ ਸੀ ਵੀ ਚੰਗਾ ਚਾਰਾ ਖੁਆਣਾ ਹੈਗਾ ਉਹਨੂੰ ਠੀਕ ਤਾਂ ਲੇਖਕ ਦੀ ਤਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਕਿਉਂਕਿ ਸੋਹਣੇ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ ਦਾ ਉੱਤਰ ਇਹ ਹੈਗਾ ਠੀਕ ਹੈ ਠੀਕ ਹੈ ਨੀਲੀ ਦੀ ਬੱਚੀ ਦੀ ਸ਼ਕਲ ਨੇਰੀ ਪੂਰੀ ਨੀਲੀ ਵਰਗੀ ਸੀ ਠੀਕ ਹੈ ਕਿ ਗਲਤ ਤਾਂ ਇਹ ਉੱਤਰ ਕੀ ਹੈ ਠੀਕ ਹੈ ਨੀਲੀ ਦੀ ਬੱਚੀ ਮਰ ਗਈ ਕਿਉਂਕਿ ਗਵਾਲਾ ਉਸ ਨੂੰ ਚਾਰਾ ਨਹੀਂ ਸੀ ਖਮਾਉਂਦਾ ਜਾਂ ਫਿਰ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੱਡਦਾ ਤਾਂ ਇਹਦਾ ਦੂਸਰਾ ਆਪਸ਼ਨ ਹੈਗਾ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੱਡਦਾ ਗਵਾਲੇ ਵੱਲੋਂ ਮਸਾਲੇ ਦੀ ਟੋਕਰੀ ਚੁੱਕ ਕੇ ਲੈ ਜਾਣ ਪਿੱਛੋਂ ਨੀਲੀ ਦੇ ਮਨ ਦੀ ਹਾਲ ਥਲੇਖਕ ਨੇ ਬਿਆਨ ਕੀਤੀ ਹੈ ਆਪਾਂ ਸਾਰੀ ਕਹਾਣੀ ਦੇ ਵਿੱਚ ਹੀ ਪੜੀ ਸੀਗੀ ਤਾਂ ਬੱਚੀ ਮਰਨ ਤੇ ਨੀਲੀ ਦੁੱਧ ਕਿ ਉਹ ਕਿਉਂ ਨਹੀਂ ਸੀ ਦੇ ਰਹੀ ਕਿਉਂਕਿ ਉਹ ਆਪਣੀ ਜਿਹੜੀ ਬੱਚੀ ਦੇ ਮਰਨ ਦਾ ਦੁੱਖ ਮਹਿਸੂਸ ਕਰਦੀ ਸੀ ਇਸ ਕਰਕੇ ਉਹ ਦੁੱਧ ਨਹੀਂ ਸੀ ਦੇ ਰਹੀ ਤਾਂ ਅਗਲੀ ਕਹਾਣੀ ਹੈ ਆਪਣਾ ਦੇਸ਼ ਹੈ ਸੰਤੋਖਤ ਸਿੰਘ ਧੀਰਜੀਤ ਲਿਖੀ ਹੋਈ ਹੈਗੀ ਹੈ ਤਾਂ ਇਹਦੇ ਕੁਝ ਵਸਤੂਨਿਸ਼ਟ ਕੁਐਸਚਨ ਹੈਗੇ ਨੇ ਤਾਂ ਜਿਹੜੇ ਹੈਗੇ ਨੇ ਆਪਾਂ ਪੜ੍ਹਨੇ ਹੈਗੇ ਨੇ ਦੋਵੇਂ ਪ੍ਰਾ ਭਾਰਤ ਨੂੰ ਕਿੰਝ ਦੇਖ ਰਹੇ ਸਨ ਉਪਰਿਆਂ ਵਾਂਗ ਰੰਜਨ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀਗਾ ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਆਪਣੀ ਮਾਤਰਭੂਮੀ ਬਾਰੇ जान ਲੈਣ ਜਾਂ ਉਹਦੇ ਨਾਲ ਜੁੜ ਜਾਣ ਨਿੰਜਨ ਸਿੰਘ ਦੇ ਮੁੰਡਿਆਂ ਦੇ ਨਾਮ ਹਰਿੰਦਰ ਅਤੇ ਸੁਰਿੰਦਰ ਗੁਰਿੰਦਰ ਸਨ ਇਹ ਠੀਕ ਆ ਗਲਤ ਹੈ ਦਾ ਉੱਤਰ ਕੀ ਹੈ ਠੀਕ ਹੈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਸੰਤਾਨ ਬਾਰੇ ਕੀ ਚਿੰਤਾ ਕਰਦੇ ਨੇ ਉਹ ਆਪਣੇ ਜਿਹੜੇ ਹੈਗੇ ਨੇ ਧਰਤੀ ਦੇ ਨਾਲੋਂ ਆਪਣੇ ਮਾਂਤਰ ਭੂਮੀ ਨਾਲੋਂ ਤਾਂ ਪਿਆਰ ਨਹੀਂ ਰਹੇਗਾ ਤਾਂ ਰੋਹਣੀ ਵਾਲੇ ਦੋਸਤ ਦੇ ਘਰ ਨਿੰਜਨ ਸਿੰਘ ਦੇ ਮੁੰਡੇ ਕਿਵੇਂ ਰਹੇ ਉੱਪਰ ਆਵਾਂਗ ਰਹੇ ਤਾਂ ਇਹਨਾਂ ਦਾ ਇਹ ਦੇਸ਼ ਇਹ ਹੈ ਵੀ ਨਹੀਂ ਇਹਨਾਂ ਦਾ ਦੇਸ਼ ਕੈਨੇਡਾ ਹੈ ਮੇਜ਼ਬਾਨ ਨੇ ਇਹ ਸ਼ਬਦ ਕਿਉਂ ਕਹੇ ਕਿਉਂਕਿ ਜਿਹੜੇ ਹੈਗੇ ਨੇ ਨਿਰੰਜ ਜਿਹੜਾ ਹੈਗਾ ਦੇ ਨਿਰੰਜਨ ਸਿੰਘ ਦੇ ਮੁੰਡੇ ਸੀਗੇ ਜਿਹੜੇ ਉਹ ਉਪਰਿਆਂ ਵਰਗਾ ਬਹਾਰ ਕਰਦੇ ਸੀ ਉਹਨਾਂ ਦਾ ਕਿਤੇ ਜੀ ਨਹੀਂ ਸਲਾਦਾ ਖਾਂਦੇ ਪੀਂਦੇ ਨਹੀਂ ਸੀ ਇਸ ਕਰਕੇ ਉਹ ਇਹ ਸ਼ਬਦ ਕਹਿੰਦਾ ਹੈਗਾ ਤਾਂ ਅੱਗੇ ਹੈ ਅਗਲਾ ਪ੍ਰਸ਼ਨ ਦੇ ਵਿੱਚ ਤਾਂ ਕਾਫੀ ਹੈਗਾ ਵੀ ਕਿਵੇਂ-ਕਿਵੇਂ ਲੱਗਦਾ ਹੈ ਵੀ ਨਿਰੰਜਨ ਸਿੰਘ ਨੂੰ ਭਾਰਤ ਨਾਲ ਪਿਆਰ ਤੇ ਕਹਾਣੀ ਦੇ ਅੰਤ ਵਿੱਚ ਪਿਤਾ ਦੀ ਅੱਖਾਂ ਵਿੱਚ ਹੰਝੂ ਤੇ ਪੁੱਤਰਾਂ ਦੀ ਪੁੱਤਰਾਂ ਦੀ ਅੱਖਾਂ ਵਿੱਚ ਖੁਸ਼ੀ ਕਿਉਂ ਸੀ ਹੁਣ ਪਿਤਾ ਦੀ ਅੱਖਾਂ ਵਿੱਚ ਹੰਝੂ ਕਿਉਂ ਸੀ ਕਿਉਂਕਿ ਉਹਦੇ ਲਈ ਮਾਤਰਭੂਮੀ ਭਾਰਤ ਸੀਗੀ ਉੱਥੇ ਜਾ ਰਿਹਾ ਸੀ ਪਰ ਪੁੱਤਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਕਿਉਂ ਸੀ ਕਿਉਂਕਿ ਉਹਨਾਂ ਲਈ ਕੈਨੇਡਾ ਹੀ ਉਹਨਾਂ ਦਾ ਦੇਸ਼ ਸੀਗਾ ਜਿੱਥੇ ਉਹ ਰਹਿੰਦੇ ਸੀਗੇ ਇਸ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਸੀ ਤਾਂ ਅਗਲੀ ਜਿਹੜੀ ਕਹਾਣੀ ਹੈ ਉਹ ਮਾੜਾ ਬੰਦਾ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਹੈਗੀ ਤਾਂ ਇਹਦੇ ਬਸਤੁਨਿਸ਼ਟ ਕੁਐਸਚਨ ਜਿਹੜੇ ਹੈਗੇ ਨੇ ਬਾਚਣੇ ਹੈਗੇ ਨੇ ਤਾਂ ਵੜਾ ਬੰਦਾ ਕਹਾਣੀ ਦੇ ਅਧਾਰ ਤੇ ਆਪਾਂ ਵਿੱਚ ਦੱਸਣਾ ਹੈਗਾ ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸੀਗੇ ਜਾਂ ਉਸਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਭਗਾ ਕੇ ਮਾਰੇ ਸੀ ਇਹ ਲੇਖ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਆਪਣੇ ਭੂਆ ਦੇ ਪੁੱਤਰ ਨੂੰ ਲੇਖ ਦੀ ਪਤਨੀ ਦਾ ਰਿਕਸ਼ੇਵਾਂ ਨਾਲ ਝਗੜਾ ਕਿਉਂ ਹੋਇਆ ਕਿਉਂਕਿ ਰਿਕਸ਼ੇਵਾਲਾ ਤੈ ਕਿਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ ਰਿਕਸ਼ੇਵਾਲੇ ਨੇ ਪੈਸੇ ਕਿਉਂ ਕਿ ਭਗਾ ਕੇ ਮਾਰੇ ਕਿਉਂਕਿ ਉਹ ਨੂੰ ਹੋਰ ਵੱਧ ਦੀ ਇੱਛਾ ਬਹੁਤੇ ਪੈਸਿਆਂ ਦੀ ਇੱਛਾ ਸੀ ਉਹ ਨਹੀਂ ਮਿਲੇ ਇਸ ਕਰਕੇ ਉਹਨੇ ਪੈਸੇ ਭਗਾ ਕੇ ਮਾਰੇ ਰਿਕਸ਼ੇਵਾਲਾ ਤਾਂ ਹੁਲ ਗਿਆ ਉਹ ਕਹਿੰਦਾ ਬਹੁਤ ਹੀ ਭੈੜਾ ਲੱਗਦਾ ਸੀਗਾ ਤੇ ਲੱਗਦਾ ਸੀ ਵੀ ਚੋਰ ਉਹ ਚੱਕਾ ਹੋਊ ਕੋਈ ਠੀਕ ਹੈ ਤਾਂ ਇਹ ਦੇ ਬਸ ਨੂੰ ਇਸ ਕੁਐਸਚਨਸ ਦੀ ਤੇ ਅਗਲੀ ਕਹਾਣੀ ਹੈ ਸਾਡੀ ਘਰ ਆ ਜਾ ਆਪਣੇ ਸ਼੍ਰੀ ਗੁਲਜਾਰ ਸਿੰਘ ਸੰਧੂ ਜੀ ਦੀ ਲਿਖੀ ਹੋਈ ਹੈਗੀ ਤਾਂ ਇਹਦੇ ਵਿੱਚ ਕੀ ਹੈਗਾ ਕਿ ਵਿਆਹ ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ ਠੀਕ ਹੈ ਕਿ ਗਲਤ ਹੈ ਤਾਂ ਇਹਦਾ ਉੱਤਰ ਕੀ ਹੈ ਠੀਕ ਹੈ ਜਿੱਤੋ ਦੇ ਵੀਰ ਦੀ ਵਿਆਹ ਦੇ ਇਸ ਮਾਣ ਵਿੱਚ ਮੱਤ ਮਾਰੀ ਗਈ ਸੀ ਕਿਉਂਕਿ ਇੱਕ ਕੰਮ ਮੁੱਕਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਜਾਂ ਫਿਰ ਉਸ ਦੀ ਮਦਦ ਕਰਨ ਵਾਲਾ ਉਹੀ ਨਹੀਂ ਸੀ ਤਾਂ ਹੁਣ ਇਹਦੇ ਵਿੱਚ ਪਹਿਲੀ ਆਪਸ਼ਨ ਹੈ ਕਿ ਇੱਕ ਕੰਮ ਮੁਕਦਾ ਸੀ ਦੂਜਾ ਦੇ ਲਈ ਤਿਆਰ ਹੁੰਦਾ ਸੀ ਕਰਦਿਆ ਨੇ ਆਪਣਾ ਚਾਹ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭਿਆ ਤੇ ਉਹਨਾਂ ਨੇ ਜਿਹੜਾ ਜਿੱਤੋ ਉਹਦਾ ਵਿਆਹ ਧਰ ਦਿੱਤਾ ਵੀ ਜਿੱਤੋ ਦਾ ਭਰਾ ਆਪਣੇ ਵਿਆਹ ਲਈ ਮੰਨਦਾ ਨਹੀਂ ਸੀਗਾ ਆਨੰਦ ਕਾਰਜ ਕਰਾਉਣ ਵਾਲਾ ਭਾਈ ਜਿੱਤੋ ਨੂੰ ਕੀ ਸਿਖਿਆ ਦਿੰਦਾ ਸੀ ਕਿ ਉਹ ਜਿਹੜਾ ਨਿਮਰਤਾ ਦੇ ਨਾਲ ਰਹੇ ਤੇ ਤਾਂ ਕਿ ਉਹ ਆਪਣੇ ਜਿਹੜੇ ਸਹੁਰੇ ਘਰ ਪਰਿਵਾਰ ਵਿੱਚ ਉਸ ਨੂੰ ਪਿਆਰ ਮਿਲ ਸਕੇ ਤਾਂ ਜਿੱਤੋ ਦੀ ਗੁੜੀ ਸਹੇਲੀ ਨੇ ਜਿੱਤੋ ਦੇ ਵੀਰ ਨੂੰ ਰੋ ਰੋ ਕੇ ਕਿਹਾ ਤਾਂ ਉਹਨੇ ਕੀ ਕਿਹਾ ਕਿ ਜਿਹੜਾ ਜੀਤੋ ਦੇ ਭਰਾ ਨੂੰ ਜੀਤੋ ਦੇ ਨਾਲ ਉਸਦੇ ਸਹੁਰੇ ਘਰ ਜਾਣਾ ਚਾਹੀਦਾ ਹੈ ਜੀਤੇ ਦੇ ਵੀਰ ਨੂੰ ਕਿਹੜੇ ਗੱਲ ਕਰਕੇ ਕਾਚ ਆ ਗਿਆ ਤੇ ਉਸ ਨੂੰ ਜਦੋਂ ਜੀਤੋ ਦੇ ਭਰਾ ਨੂੰ ਯਾਦ ਆਇਆ ਕਿ ਉਸ ਦੀ ਭੈਣ ਜਿਹੜੀ ਹਸ ਤੋਂ ਵਿਛੜ ਜਾ ਵਿਛੜ ਰਹੀ ਹੈ ਉਹ ਜਿਹੜਾ ਬਕਾਨੇ ਘਰ ਜਾਵੇਗੀ ਉੱਥੇ ਉਹਨੂੰ ਕਿਸ ਤਰ੍ਹਾਂ ਰਹਿਣ ਸੈਣ ਹੋਵੇਗਾ ਉਪਰਾ ਘਰ ਹੋਵੇਗਾ ਤਾਂ ਇਹ ਸੋਚ ਕੇ ਜੀਤੋ ਦੇ ਵੀਰ ਨੂੰ ਕਾਚ ਆ ਗਿਆ ਤਾਂ ਲਾਸਟ ਕਹਾਣੀ ਹੈਗੀ ਆਪਣੀ ਸਤਿਆ ਸਹੀ ਡਾਕਟਰ ਦਲੀਵ ਕਾਟ ਜਿਹੜੀ ਵਟੇ ਬਾਣਾ ਦੀ ਸੀਗੀ ਤਾਂ ਇਹਦੇ ਵਿੱਚ ਬਸ ਟ੍ਰਿਸ਼ ਕੁਐਸਚਨ ਨੇ ਗੱਡੀ ਵਿੱਚ ਅੰਨਾ ਮੰਗਤਾ ਕਿਸ ਬਾਰੇ ਗੀਤ गा ਰਿਹਾ ਸੀ ਸ਼ਹੀਦ ਭਗਤ ਸਿੰਘ ਬਾਰੇ ਗੀਤ ਸੁਣਨ ਉਪਰੰਤ ਲੇਖਕ ਦੇ ਮਨ ਵਿੱਚ ਕਿਸ ਬਾਰੇ ਖਿਆਲ ਆਉਣ ਲੱਗੇ ਤਾਂ ਹੁਣ ਭਗਤ ਸਿੰਘ ਬਾਰੇ ਜਾਂ ਭਗਤ ਸਿੰਘ ਦੀ ਮੰਗੇਤਰ ਬਾਰੇ ਪੁੱਛਦਾ ਹੈ ਵੀ ਸਹੀ ਸਹੀ ਕਿਹੜਾ ਦੇ ਵਿੱਚ ਭਗਤ ਸਿੰਘ ਦੀ ਮੰਗੇਤਰ ਬਾਰੇ ਭਗਤ ਸਿੰਘ ਦੀ ਮੰਗੇਤਰ ਨੇ ਸਾਹਸ ਨਾਲ ਕਿਹੜੇ-ਕਿਹੜੇ ਕੰਮ ਕੀਤੇ ਦੋ ਆਪਸ਼ਨ ਨੇ ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ ਜਾਂ ਫਿਰ ਸਰਕਾਰ ਕੋਲ ਮਦਦ ਦੀ ਮੰਗ ਕੀਤੀ ਤੇ ਉਹਨੇ ਪਹਿਲਾ ਜਿਹੜੀ ਆਪਸ਼ਨ ਹੈ ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ ਨੇ ਲੇਖਕਾ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੋਣ ਲੈ ਕਿਉਂ ਕੀਤਾ ਕਿਉਂਕਿ ਉਹਨੂੰ ਜਦ ਪਤਾ ਲੱਗਿਆ ਵੀ ਉਹਨੇ ਕਿਸੇ ਤੋਂ ਮਦਦ ਨਹੀਂ ਲਈ ਮਾਪਿਆਂ ਤੇ ਵੀ ਨਹੀਂ ਬੋਝ ਬਣਨੀ ਤੇ ਉਹ ਜਿਹੜਾ ਹੈ ਆਪਣਾ ਕੰਮ ਆਪ ਕਰਕੇ ਆਪਣੀ ਗੁਜ਼ਾਰਾ ਕਰ ਰਹੀ ਹੈ ਤਾਂ ਇਸ ਕਰਕੇ ਉਹਦਾ ਪੈਰ ਛੋਣ ਜੀ ਕੀਤਾ ਭਗਤ ਸਿੰਘ ਦੀ ਮੰਗੇਤਰ ਲੇਖਕਾ ਦੀ ਕਿਹੜੀ ਗੱਲੋਂ ਤਰਬ ਜਦੋਂ ਲੇਖਕਾ ਨੇ ਜਿਹੜਾ ਉਸ ਨੂੰ ਲੰਮੀ ਉਮਰ ਦੀ ਅਸੀਸ ਦਿੱਤੀ ਆਹੋ ਤਰਾਬਕ ਪਈ ਤਾਂ ਨਾਨਕ ਸਤیاں ਜਾਣੀਆਂ ਜੇ ਬਿਰਹ ਚੋਟ ਮਰਨ ਇਨ੍ਹਾਂ ਸਤਰਾਂ ਦੇ ਇਸ ਕਹਾਣੀ ਦੇ ਪ੍ਰਸੰਗ ਵਿੱਚ ਕੀ ਅਰਥ ਹੈ ਗਿਆਨ ਹੁਣ ਇਸ ਕਹਾਣੀ ਦੇ ਪ੍ਰਸੰਗ ਵਿੱਚ ਆਪਾਂ ਦੇਖਦੇ ਹਾਂ ਵੀ ਭਗਤ ਸਿੰਘ ਜੀ ਦੀ ਮੰਗਇਤਰ ਹੈ ਉਸਨੇ ਉਹਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ ਤੇ ਅਣਖ ਦੇ ਨਾਲ ਜਿਉਂ ਹੀ ਹੈਗੀ ਆ ਤਾਂ ਇਸ ਤਰ੍ਹਾਂ ਹੀ ਜਿਹੜਾ ਹੈ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਉਹ ਪਤਨੀ ਉਹ ਪਤਨੀਆਂ ਜਿਹੜੀਆਂ ਸਤیاں ਨਹੀਂ ਹੁੰਦੀਆਂ ਜਿਹੜੀਆਂ ਆਪਣੇ ਪਤੀ ਨਾਲ ਮਰ ਜਾਂਦੀਆਂ ਨੇ ਸਕੂਨ ਜਿਉਂਦੇ ਰਹਿ ਕੇ ਆਪਣੇ ਪਤੀ ਦੇ ਆਦਰਸ਼ਾਂ ਨੂੰ ਜਿਉਂਦੇ ਰੱਖਦਿਆਂ ਨੇ ਅਸਲੀ ਸਤਿਆ ਉਹ ਹੁੰਦੀਆਂ ਹਨ ਤਾਂ ਇਸ ਕਹਾਣੀ ਦੇ ਆਧਾਰ ਤੇ ਭਗਤ ਸਿੰਘ ਦੀ ਮੰਗੇਤਰ ਦਾ ਪਾਤਰ ਜਿੱਤਰਣ ਉਹ ਇੱਕ ਬਹਾਦਰ ਦਲੇਰ ਜਿੰਦਾਦਿਲ ਔਰਤ ਸੀਗੀ ਜਿਸ ਨੇ ਜਿਹੜਾ ਹੈ ਆਪਣੇ ਪਤੀ ਜਿਹੜਾ ਹੈ ਮੰਗੇਤਰ ਦੀ ਉਹਦੀ ਮੌਤ ਤੋਂ ਬਾਅਦ ਵੀ ਜਿਹੜਾ ਹੈ ਉਸ ਦੀ ਅਣਖ ਨੂੰ ਜਿਹੜੀ ਲਾਜ ਨਹੀਂ ਲੱਗਣ ਦਿੱਤੀ ਤਾਂ ਇਹ ਤਾਂ ਸੀਗੀ ਜਿਹੜੀ ਆਪਣੀਆਂ ਪੂਰੀ ਪਾਠ ਪੁਸਤਕ ਦੇ ਸਾਰੇ ਦੇ ਸਾਰੇ ਪਾਠਾਂ ਦੇ ਵਸਤੂ ਨਿਸ਼ਟ ਕੁਐਸਚਨ ਉਮੀਦ ਹੈ ਤੁਹਾਨੂੰ ਚੰਗੇ ਲੱਗੇ ਹੋਣਗੇ ਯਾਦ ਕਰਨਾ ਚੰਗੀ ਤਰ੍ਹਾਂ ਤਿਆਰੀ ਕਰਨਾ ਵਧੀਆ ਨੰਬਰ ਲੈਣਾ ਵਿਸ਼ਵਲ ਦੇ ਵੈਸਟ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਧੰਨਵਾਦ